ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ। ਵਿਦੇਸ਼ਾਂ ਦੇ ਵਿੱਚ ਆ ਕੇ, ਕੈਨੇਡਾ ਵਰਗੇ ਮੁਲਕ ਦੇ ਵਿੱਚ ਆ ਕੇ ਸੱਭਿਆਚਾਰ ਨੂੰ ਜਿਉਂਦਾ ਰੱਖ ਰਹੀਆਂ ਨੇ ਇਹ ਰੂਹਾਂ। ਸਰਦਾਰ ਜਰਨੈਲ ਸਿੰਘ ਜੀ ਵਰਗੇ ਲੋਕ ਜਦੋਂ ਮੈਂ ਇਸ ਤਰ੍ਹਾਂ ਦੀਆਂ ਪੇਂਟਿੰਗ ਸ਼ੁਰੂ ਕੀਤੀਆਂ ਨਾ, ਤਾਂ ਮੇਰੇ ਕਈ ਦੋਸਤ ਜਿਹੜੇ ਉਦੋਂ ਉੱਥੇ ਚੰਡੀਗੜ੍ਹ ਕਾਲਜ ਆਫ ਆਰਟ ਵਿੱਚ ਪੜ੍ਹਿਆ ਕਰਦੇ ਸੀ, ਅਤੇ ਉਹਨਾਂ ਨੇ ਮੈਨੂੰ ਕਾਲ ਕਰਨਾ ਵੀ ਲੈ ਇਹ ਕਹਿੰਦਾ ਆਰਟ ਹੈਗਾ ਵੀ ਕੁੜੀ ਬੈਠੀ ਚਰਕ ਕਰਦੀ ਜਾ, ਅਤੇ ਮੈਂ ਉਹਨਾਂ ਨੂੰ ਬਕੌਲ ਨਾਲ ਕਹਿਣਾ, ਮੈਂ ਕਿਹਾ ਵੀ ਦੇਖੋ ਇਹ ਪੇਂਟਿੰਗ ਲੋਕਾਂ ਦੇ ਘਰ ਘਰ 'ਚ ਲੱਗਣਗੀਆਂ। ਸਾਡੇ ਫਾਦਰ ਨੂੰ ਪਿਤਾਈ ਨੂੰ ਆਮ ਲੋਕ ਇਹੀ ਪੁੱਛਦੇ ਨੇ ਵੀ ਕਿਵੇਂ ਬਣਾਉਂਦੇ ਹੋ ਤਸਵੀਰ ਜੀ, ਅਤੇ ਉਹਨਾਂ ਦਾ ਇਹ ਜਵਾਬ ਹੁੰਦਾ ਸੀਗਾ ਵੀ ਪੂਰੀ ਪੇਂਟਿੰਗ ਮੇਰੇ ਮਾਇੰਡ ਦੇ ਵਿੱਚ ਬਣੀ ਬਣਾਈ ਆ ਜਾਂਦੀ, ਅਤੇ ਉਹ ਮੈਂ ਕੈਨਵਸ ਦੇ ਉੱਤੇ ਉਤਾਰ ਦਿੰਦਾ। ਜਿੰਨੀਆਂ ਤਸਵੀਰਾਂ ਇੱਥੇ ਤੁਸੀਂ ਬਣਾਈਆਂ ਨੇ ਸਰਦਾਰ ਜਰਨੈਲ ਸਿੰਘ ਜੀ, ਪੰਜਾਬੀ ਸੱਭਿਆਚਾਰ ਅਤੇ ਸਾਡੇ ਪੇਂਡੂ ਸੱਭਿਆਚਾਰ ਨੂੰ, ਵਿਰਾਸਤ ਨੂੰ, ਖਾਸ ਕਰਕੇ ਪੰਜਾਬ ਦੀ ਨੂੰ ਬੜੇ ਅੱਖੀਂ ਦੇਖੀ ਲੱਗਦਾ ਜਿਵੇਂ ਪੰਜਾਬ 'ਚ ਬੈਠੇ ਹੋਈਏ, ਹੈ ਨਾ। ਇਹ ਤਾਂ ਰੂਹਾਂ ਮਤਲਬ ਸਾਹਮਣੇ ਬੈਠੀਆਂ ਦਿਖਾਈ ਦੇ ਰਹੀਆਂ ਨੇ, ਹੈ ਨਾ। ਇੱਥੇ ਸਾਡੇ ਦੋਸਤ ਨੇ MLA ਜਗਰੂਪ ਸਿੰਘ ਬਰਾੜ, ਠੀਕ ਹੈ ਜੀ, ਅਤੇ ਇਹ ਉਹਨਾਂ ਦੇ ਫਾਦਰ ਨੇ। ਜਦੋਂ ਪੋਰਟਰੇਟ ਸ਼ੁਰੂ ਕਰ ਦਿੱਤਾ, ਡਰਾਇੰਗ ਪਹਿਲਾਂ ਸਕੈਚ ਬਣਾਇਆ ਕੈਨਵਸ 'ਤੇ ਹੀ, ਮੈਂ ਉਹਨੂੰ ਕਿਹਾ ਵੀ ਬਾਪੂ ਜੀ ਵੀ ਸ਼ੁਰੂ ਕਰਤੀ ਬਈ ਇੱਕ ਵਾਰੀ ਆ ਕੇ ਦੇਖ ਲਓ, ਅਤੇ ਜਦੋਂ ਮੈਂ ਦਿਖਾਇਆ ਵੀ ਕਹਿੰਦੇ ਕਮਾਲ ਹੋ ਗਈ। ਮੈਂ ਕਿਹਾ ਕੀ ਗੱਲ, ਕਹਿੰਦੇ ਵੀ ਤੁਹਾਨੂੰ ਕਿਵੇਂ ਪਤਾ ਵੀ ਇਹ ਮੂਹਰੇ 'ਤੇ ਬਹਿੰਦੇ ਹੁੰਦੇ ਸੀ। ਕਹਿੰਦੇ ਨਾ ਪੰਜਾਬੀ 'ਚ ਬਈ ਸ਼ੱਕਰ ਖੋਰੇ ਨੂੰ ਸ਼ੱਕਰ ਲੱਭ ਹੀ ਜਾਂਦੀ ਆ, ਵੀ ਬੰਦਾ ਜਿਹੋ ਜਿਹੇ ਸੁਭਾਅ ਵਾਲਾ ਜਾਂ ਸ਼ੌਕ ਵਾਲਾ ਹੈ ਉਹਨੂੰ ਇਹਨਾਂ ਮੁਲਕਾਂ 'ਚ ਉਹੋ ਜਿਹਾ ਮਾਹੌਲ ਅਤੇ ਵਿਅਕਤੀ ਮਿਲ ਜਾਂਦੀ। ਗੁਰਦੁਆਰਾ ਸਾਹਿਬ ਦੇਖੀਦਾ ਵੀ ਬੱਚੇ ਆਉਂਦੇ ਨੇ ਉੱਥੇ, ਲੰਗਰ ਪਾਣੀ ਛਕਦੇ ਆ, ਸੇਵਾ ਵੀ ਕਰਦੇ ਨੇ, ਔਰ ਕਦੇ ਵੀ ਕਿਸੇ ਵੱਲੋਂ ਕੋਈ ਮਤਲਬ ਨਹੀਂ, ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ। ਸਰਕਾਰਾਂ ਦੇ ਵਿੱਚ ਇੱਕ ਇਹੋ ਜਿਹਾ ਸਿਸਟਮ ਬਣਨਾ ਚਾਹੀਦਾ ਸਾਡੇ ਸੱਭਿਆਚਾਰ ਨੂੰ ਸੰਭਾਲਣ ਵਾਲੇ, ਸਾਡੇ ਇਤਿਹਾਸ ਨੂੰ ਸੰਭਾਲਣ ਵਾਲੇ ਲੋਕ ਨੇ ਜਿਹੜੇ ਉਹ ਸਾਹਮਣੇ ਆਉਣੇ ਚਾਹੀਦੇ ਨੇ, ਰਿਕੋਗਨਾਈਜ਼ ਹੋਣੇ ਚਾਹੀਦੇ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲਾਈਨਜ਼ TV ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਲਈ ਅਤੇ ਪੰਜਾਬੀਅਤ ਲਈ ਕੰਮ ਕਰਨ ਵਾਲੇ ਉਹਨਾਂ ਲੋਕਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ ਜਿਨ੍ਹਾਂ ਦੇ ਅੰਦਰ ਦਰਦ ਹੈ ਪੰਜਾਬ ਦਾ, ਅਤੇ ਪੰਜਾਬ ਪ੍ਰਤੀ ਉਹ ਸੋਚਦੇ ਨੇ, ਸੱਭਿਆਚਾਰ ਦੇ ਖੇਤਰ ਹੋਵੇ, ਵਿੱਦਿਅਕ ਖੇਤਰ ਹੋਵੇ, ਚਾਹੇ ਹੋਰ ਖੇਤਰ ਹੋਣ। ਅਸੀਂ ਗੱਲਬਾਤ ਅੱਜ ਕਰਨ ਜਾ ਰਹੇ ਹਾਂ ਉੱਘੇ ਆਰਟਿਸਟ ਚਿੱਤਰਕਾਰ ਸਰਦਾਰ ਜਰਨੈਲ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਵਿਰਾਸਤ ਦੇ ਵਿੱਚ ਹੀ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਸਾਂਭਣ ਦੀ ਜ਼ਿੰਮੇਵਾਰੀ ਮਿਲੀ ਹੈ। ਬਿਲਕੁਲ ਜੀ, ਮੇਰੇ ਨਾਲ ਨੇ, ਅਸੀਂ ਕੈਨੇਡਾ ਦੇ ਵਿੱਚ ਪਹੁੰਚੇ ਹੋਏ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਤੇ ਅਸੀਂ ਉਹਨਾਂ ਦੀ ਆਰਟ ਗੈਲਰੀ ਅੱਜ ਦੇਖਣ ਲਈ ਆਏ ਸੀਗੇ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਅਤੇ ਸਰਦਾਰ ਜਰਨੈਲ ਸਿੰਘ ਹੋਰਾਂ ਦੇ ਨਾਲ। ਤੁਸੀਂ, ਇਹ ਉਹਨਾਂ ਦੀ ਆਰਟ ਗੈਲਰੀ ਹੈ ਸਰੀ ਦੇ ਵਿੱਚ,
ਬਾਈ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲਾਈਨ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸ਼ਾਮਿਲ ਕਰਨਾ ਜੀ, ਬਹੁਤ ਬਹੁਤ ਧੰਨਵਾਦ। ਹੋਰ ਸਾਰੇ ਠੀਕ ਠਾਕ ਜੀ? ਚੜ੍ਹਦੀ ਕਲਾ? ਚੜ੍ਹਦੀ ਕਲਾ। ਅਸੀਂ ਅੱਜ ਇੱਥੇ ਆਏ ਸੀਗੇ ਅਤੇ ਤੁਹਾਡੇ ਬਾਰੇ ਜਿਉਂ ਹੀ ਮੈਨੂੰ ਪਤਾ ਲੱਗਿਆ ਅਤੇ ਦਿਲ 'ਚ ਖਿੱਚ ਜੀ ਹੁੰਦੀ ਆ ਜੇ ਪੰਜਾਬ ਪੱਖੀ ਬੰਦੇ ਨੇ ਉਹਨਾਂ ਨੂੰ ਮਿਲਿਆ ਜਾਵੇ, ਹੈ ਨਾ। ਅਤੇ ਪੰਜਾਬੀ ਲਾਈਨਸ ਟੀ ਵੀ ਦੇ ਉੱਤੇ ਅਸੀਂ ਤੁਹਾਡੀ ਇੰਟਰਵਿਊ ਰਿਕਾਰਡ ਕਰਨ ਜਾ ਰਹੇ ਹਾਂ। ਜਰਨੈਲ ਸਿੰਘ ਉਸ ਪਰਿਵਾਰ 'ਚੋਂ ਨੇ ਜਿਨ੍ਹਾਂ ਦੇ ਪਿਤਾ ਸਰਦਾਰ ਕਿਰਪਾਲ ਸਿੰਘ ਜੀ ਹੋਰਾਂ ਨੇ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਵਿਖੇ ਸਾਡੇ ਇਤਿਹਾਸ ਨੂੰ, ਸਾਡੇ ਜਿਨ੍ਹਾਂ ਸਿੰਘਾਂ ਨੇ ਸਾਡੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਜਿਨ੍ਹਾਂ ਦੀਆਂ ਤਸਵੀਰਾਂ ਦਰਬਾਰ ਸਾਹਿਬ ਦੇ ਅਜਾਇਬ ਘਰ ਦੇ ਵਿੱਚ ਲੱਗੀਆਂ, ਉਹਨਾਂ ਤਸਵੀਰਾਂ ਨੂੰ ਆਪਣੀ ਕਲਮ ਦੇ ਰਾਹੀਂ ਇਹਨਾਂ ਨੇ ਆਪਣੇ ਜਿਹੜਾ ਪੇਂਟਿੰਗ ਬ੍ਰਸ਼ ਹੁੰਦਾ ਉਹਦੇ ਲਈ ਇੰਨਾ ਦਿਲਾਂ ਨੂੰ ਟੁੰਬਿਆ ਕਿ ਸਾਰੇ ਸਿੱਖ ਸ਼ਰਧਾਲੂ ਦੇ ਮਨਾਂ ਦੇ ਵਿੱਚੋਂ ਅਰਦਾਸ ਹੁੰਦੀ ਆ। ਅਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਰਿਹਾ। ਬਾਈ ਜੀ, ਸਰਦਾਰ ਕਿਰਪਾਲ ਸਿੰਘ ਹੋਰੀ ਪੰਜਾਬ ਦੇ ਇਤਿਹਾਸ ਨੂੰ ਸਾਂਭਲ ਦੇ ਵਿੱਚ ਐਡਾ ਵੱਡਾ ਯੋਗਦਾਨ ਪਾਇਆ, ਇਹ ਤੁਹਾਨੂੰ ਵਿਰਸੇ 'ਚ ਹੀ ਮਿਲਿਆ ਪੀੜ੍ਹੀਆਂ ਦੀ ਪੀੜ੍ਹੀਆਂ? ਜੀ ਹਾਂ, ਪਿਤਾ ਜੀ ਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੋ, ਉਹ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਹੈ ਉਹਦੇ ਬਾਨੀ ਚਿੱਤਰਕਾਰ ਸੀ। 1956 ਦੇ ਵਿੱਚ ਉਹਨਾਂ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ ਐਗਜੀਬਿਸ਼ਨ ਲਾਈ, ਉਹਦੇ ਵਿੱਚ ਸਿੱਖ ਹਿਸਟਰੀ ਦੀਆਂ ਪੇਂਟਿੰਗ ਸੀਗੀਆਂ। ਅਤੇ ਉਦੋਂ ਲਾਇਲਪੁਰ ਖਾਲਸਾ ਕਾਲਜ ਵਿੱਚ ਪ੍ਰਿੰਸੀਪਲ ਸੀ ਉਸਦਾ ਗੁਰਬਚਨ ਸਿੰਘ ਤਾਲਬ ਅਤੇ ਪ੍ਰੋਫੈਸਰ ਸਤਵੀਰ ਸਿੰਘ ਜਿਹੜੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੀ, ਉਹ ਵੀ ਉੱਥੇ ਪ੍ਰੋਫੈਸਰ ਸੀਗੇ। ਅਤੇ ਉਹਨਾਂ ਨੇ ਐਗਜੀਬਿਸ਼ਨ ਦੇਖੀ ਅਤੇ ਉਹਨਾਂ ਨੇ ਫਿਰ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਵੀ ਆਪਣੇ ਕੋਲ ਆਰਟਿਸਟ ਹੈਗਾ ਅਤੇ ਆਪਾਂ ਨੂੰ ਇਹਦੀਆਂ ਸਰਵਿਸ ਲੈਣੀਆਂ ਚਾਹੀਦੀਆਂ। ਫਿਰ 1956 ਦੇ ਵਿੱਚ ਉੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਚਲੇ ਗਏ ਅਤੇ ਉੱਥੋਂ ਫਿਰ ਉਹਨਾਂ ਨੇ ਜਿਹੜੀ ਆਪਾਂ ਸਿੱਖ ਅਰਦਾਸ ਦੇ ਵਿੱਚ ਹਰ ਰੋਜ਼ ਪੜ੍ਹਦੇ ਹੈਗੇ ਸਾਰੀ ਦੁਨੀਆ ਦੇ ਵਿੱਚ, ਬਈ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੈ ਇਸ ਚੀਜ਼ 'ਤੇ ਬੰਦ ਬੰਦ ਕਟਾਏ, ਉਹ ਸਾਰੀਆਂ ਜਿਹੜੀਆਂ ਸ਼ਹੀਦੀਆਂ ਨੇ ਉਹ ਚਿੱਤਰੀਆਂ, ਅਤੇ ਨਾਲ ਦੀ ਨਾਲ ਜਿਹੜੇ ਸਿੱਖ ਜਰਨੈਲ ਨੇ ਜਿੱਦਾਂ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬੰਦਾ ਸਿੰਘ ਬਹਾਦਰ, ਇਹ ਸਾਰੇ ਜਰਨੈਲਾਂ ਦੇ ਚਿੱਤਰ ਬਣਾਏ। ਅਤੇ ਫਿਰ 1958 ਦੇ ਵਿੱਚ ਉਹ ਜਿਹੜਾ ਦਰਬਾਰ ਸਾਹਿਬ ਵਾਲਾ ਅਜਾਇਬ ਘਰ ਆ ਉਹਦਾ ਉਦਘਾਟਨ ਹੋਇਆ ਅਤੇ ਮਤਲਬ ਉਹ ਫਾਊਂਡਰ ਆਰਟਿਸਟ ਨੇ। ਅਤੇ ਉਹਦੇ 'ਤੇ ਉਹਨਾਂ ਦੇ ਨਾਲ ਹੀ ਕੰਮ ਕਰਦਿਆਂ ਕਰਦਿਆਂ ਮੈਨੂੰ ਵੀ ਇਹ ਮਤਲਬ ਚੇਟਕ ਟ੍ਰੇਨਿੰਗ ਸਿਖਲਾਈ ਕਹਿ ਲਓ ਵੀ ਕਲਾ ਦੇ ਵਿੱਚ ਕੰਪੋਜੀਸ਼ਨ ਰੰਗ ਸਾਜ਼ੀ ਕਿਵੇਂ ਕਰਨੀ, ਉਹ ਸਾਰੀਆਂ ਚੀਜ਼ਾਂ ਸਹਿਜੇ ਹੀ ਮੈਂ ਗ੍ਰਹਿਣ ਕਰ ਗਿਆ। ਅਤੇ ਉਹ ਸਾਡੇ ਕਈ ਵਾਰੀ ਇਸ ਤਰ੍ਹਾਂ ਦਾ ਕੰਮ ਹੁੰਦਾ ਸੀ ਵੀ ਜਿਸ ਤਰ੍ਹਾਂ ਹੁਣ ਬਾਬਾ ਦੀਪ ਸਿੰਘ ਦੀ ਪੇਂਟਿੰਗ ਆ, ਅਤੇ ਉਹਦੇ ਕਿਸੇ ਨੇ ਕਹਿਣਾ ਵੀ ਸਾਨੂੰ ਬਾਬਾ ਦੀਪ ਸਿੰਘ ਜੀ ਦੀ ਪੇਂਟਿੰਗ ਬਣਾ ਦੇ, ਉਹ ਫਿਰ ਜਿਹੜਾ ਉਤਾਰੇ ਦਾ ਕੰਮ ਹੁੰਦਾ ਸੀ ਕਾਪੀ ਵਰਕ, ਉਹ ਸਾਰਾ ਮੈਂ ਹੀ ਤਕਰੀਬਨ ਕਰਦਾ ਹੁੰਦਾ ਸੀਗਾ। ਅਤੇ ਉਹਦੇ 'ਚ ਸਿਖਲਾਈ ਹੋ ਗਈ। ਉਸ ਤੋਂ ਬਾਅਦ ਜਿਹੜਾ ਪਿਤਾ ਜੀ ਉਦੋਂ 1975-76 ਦੀ ਗੱਲ ਆ, ਉਹ ਜਿਹੜਾ ਐਂਗਲੋ ਸਿੱਖ ਵਾਰਜ ਮੈਮੋਰੀਅਲ ਹੈਗਾ ਜਿਹੜੀਆਂ ਫਿਰੋਜ਼ਸ਼ਾਹ ਦੇ ਵਿੱਚ ਫਿਰੋਜ਼ਪੁਰ ਦੇ ਕੋਲ, ਜਿੱਥੇ ਅੰਗਰੇਜ਼ਾਂ ਸਿੱਖਾਂ ਦੀਆਂ ਚਾਰ ਜੰਗਾਂ ਹੋਈਆਂ, ਮੁਦਕੀ, ਫਿਰੋਜ਼ਸ਼ਾਹ, ਸਭਰਾਓਂ ਅਤੇ ਝੇਲੀਆਂ ਵਾਲਾ। ਅਤੇ ਉਹ ਜਿਹੜਾ ਪ੍ਰੋਜੈਕਟ ਸੀਗਾ ਉਹ ਡਾਕਟਰ ਐੱਮ ਐੱਸ ਰੰਧਾਵਾ ਜੋ ਵਾਈਸ ਚਾਂਸਲਰ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ,
ਉਹਨਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਸੀ ਅਤੇ ਰੰਧਾਵਾ ਸਾਹਿਬ ਆਉਂਦੇ ਹੁੰਦੇ ਸੀ ਸਾਡੇ ਘਰ ਉੱਥੇ ਚੰਡੀਗੜ੍ਹ ਅਕਸਰ ਹੀ ਦੇਖਣ ਬਈ ਕੰਮ ਦੀ ਕੀ ਪ੍ਰੋਗਰੈਸ ਹੈ ਕਿੰਨਾ ਕੁ ਨਿਬੜਿਆ। ਅਤੇ ਉਹ ਜਿੱਦਾਂ ਉਹਨਾਂ ਦਾ ਸੁਭਾਅ ਸੀ ਰੰਧਾਵਾ ਸਾਹਿਬ ਦਾ, ਉਹ ਇੱਕ ਵਾਰੀ ਆਏ ਅਤੇ ਉਹ ਮੈਨੂੰ ਪੁੱਛਦਾ ਵੀ ਤੂੰ ਕੀ ਕਰਦਾ ਹੁੰਦਾ, ਮੈਂ ਕਿਹਾ ਜੀ ਮੈਂ ਵੀ ਪੇਂਟਿੰਗ ਕਰਦਾ। ਅਤੇ ਉਹਨਾਂ ਕਿਹਾ ਲਿਆ ਦਿਖਾ ਕੀ ਬਣਾਇਆ। ਉਹ ਫਿਰ ਮੈਂ ਉਹਨਾਂ ਨੂੰ ਇੱਕ ਪੇਂਟਿੰਗ ਸੀਗੀ ਉਹ ਦਿਖਾਈ, ਫੁਲਕਾਰੀ ਕੱਢਦੀ ਕੁੜੀ ਦੀ ਜੀ, ਉਹ ਬਹੁਤ ਹੀ ਖੁਸ਼ ਹੋਏ ਦੇਖ ਕੇ ਅਤੇ ਕਹਿੰਦੇ ਬਹੁਤ ਵਧੀਆ, ਕਹਿੰਦੇ ਇਸੇ ਤਰ੍ਹਾਂ ਦੀਆਂ ਹੀ ਤਸਵੀਰਾਂ ਬਣਾਇਆ ਕਰ। ਔਰ ਮੇਰੇ ਸਮਝੋ ਉਸ ਤੋਂ ਫਿਰ ਮੈਂ ਇਸ ਪਾਸੇ ਜਿਹੜਾ ਪੰਜਾਬੀ ਕਲਚਰ ਦਾ ਸੁਚੇਤ ਤੌਰ 'ਤੇ ਵੀ ਜਿਹੜੀਆਂ ਜਿਹੜੇ ਘਰ ਦੇ ਕੰਮ ਕਾਜ ਸੁਹਾਣੀਆਂ ਕਰਦੀਆਂ, ਚੱਕੀ ਪੀਣਾ, ਚੁੱਲ੍ਹਾ ਚੌਂਕਾ, ਹੋਰ ਸਾਰੇ, ਮੈਂ ਦੇਖ ਰਿਹਾ ਸੀ ਜਿੰਨੀਆਂ ਤਸਵੀਰਾਂ ਇੱਥੇ ਤੁਸੀਂ ਬਣਾਈਆਂ ਨੇ ਸਰਦਾਰ ਜਰਨੈਲ ਸਿੰਘ ਜੀ, ਪੰਜਾਬੀ ਸੱਭਿਆਚਾਰ ਅਤੇ ਸਾਡੇ ਪੇਂਡੂ ਸੱਭਿਆਚਾਰ ਨੂੰ, ਵਿਰਾਸਤ ਨੂੰ, ਖਾਸ ਕਰਕੇ ਪੰਜਾਬ ਦੀ ਨੂੰ ਬੜੇ ਅੱਖੀਂ ਦੇਖੀ ਲੱਗਦਾ ਜਿਵੇਂ ਪੰਜਾਬ 'ਚ ਬੈਠੇ ਹੋਈ ਹੈ। ਬਿਲਕੁਲ, ਆਹ ਦੇਖੋ ਤੁਸੀਂ ਮਤਲਬ ਮੰਜੇ ਦੇ ਉੱਤੇ ਇੱਥੇ ਤੁਸੀਂ ਆਹ ਜਿਵੇਂ ਬਣਾਈ ਹੈ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦਿਖਾਉਂਦੇ ਰਹਿਣ। ਇਹ ਪੇਂਟਿੰਗ ਤੁਸੀਂ 2003 ਦੇ ਵਿੱਚ ਬਣਾਈ ਹੈ ਜੀ? ਹਾਂਜੀ, ਬਣਾਈ ਤਾਂ ਬਹੁਤ ਪਹਿਲਾਂ ਸੀ ਪਰ ਇਹਦੀਆਂ ਕਾਫੀ ਮੇਰਾ ਪਾਪੂਲਰ ਵਰਕ ਆ ਜੀ, ਅਤੇ ਕਈ ਵਾਰੀ ਇਹਦੇ ਡਿਫਰੈਂਟ ਵਰਜ਼ਨ ਬਣਾਏ। ਜੀ, ਅਤੇ ਜਦੋਂ ਮੈਂ ਇਸ ਤਰ੍ਹਾਂ ਦੀਆਂ ਪੇਂਟਿੰਗ ਸ਼ੁਰੂ ਕੀਤੀ ਆ ਨਾ, ਤਾਂ ਮੇਰੇ ਕਈ ਦੋਸਤ ਜਿਹੜੇ ਉਦੋਂ ਉੱਥੇ ਚੰਡੀਗੜ੍ਹ ਕਾਲਜ ਆਫ ਆਰਟ ਵਿੱਚ ਪੜ੍ਹਿਆ ਕਰਦੇ ਸੀ, ਅਤੇ ਉਹਨਾਂ ਨੇ ਮੈਨੂੰ ਮਖੌਲ ਕਰਨਾ ਵੀ ਲੈ ਇਹ ਕਹਿੰਦਾ ਆਰਟ ਹੈਗਾ ਵੀ ਕੁੜੀ ਬੈਠੀ ਚਰਖ ਕਰਦੀ ਜਾ, ਅਤੇ ਮੈਂ ਉਹਨਾਂ ਨੂੰ ਮਖੌਲ ਨਾਲ ਕਹਿਣਾ, ਮੈਂ ਕਿਹਾ ਵੀ ਦੇਖੋ ਇਹ ਪੇਂਟਿੰਗ ਲੋਕਾਂ ਦੇ ਘਰ ਘਰ 'ਚ ਲੱਗਣਗੀਆਂ ਜੀ, ਅਤੇ ਆ ਜੋ ਤੁਸੀਂ ਬਣਾਉਂਦੇ, ਕਿਉਂਕਿ ਉਦੋਂ ਮਾਡਰਨ ਆਰਟ ਦਾ ਜੀ ਜ਼ਿਆਦਾ ਰੁਝਾਨ ਸੀ, ਅਤੇ ਮੈਂ ਕਿਹਾ ਵੀ ਇਹਨੂੰ ਕਿਸੇ ਨੇ ਨਹੀਂ ਪੁੱਛਣਾ। ਅਤੇ ਅੱਜ ਇਹ ਵਾਲੀ ਪੇਂਟਿੰਗ ਵੀ ਤੁਸੀਂ ਬਣਾਈ ਹੈ ਜੀ ਉੱਪਰ? ਹਾਂਜੀ, ਇਹ ਮਹਾਰਾਜਾ ਰਣਜੀਤ ਸਿੰਘ ਅਤੇ ਇਹਨਾਂ ਦੇ ਨਾਲ ਦੋ ਵੱਡੇ ਜਰਨੈਲ ਹਰੀ ਸਿੰਘ ਨਲੂਆ ਖੱਬੇ ਪਾਸੇ ਲਾਲ ਘੋੜੇ 'ਤੇ ਆ, ਅਤੇ ਸੱਜੇ ਪਾਸੇ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਕਿਸੇ ਮੁਹਿੰਮ 'ਤੇ ਜਾ ਰਹੇ ਨੇ ਜੀ। ਆਹ ਵੀ ਸਰਦਾਰ ਜਰਨੈਲ ਸਿੰਘ ਜੀ ਕਮਾਲ, ਮਤਲਬ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਬੜੇ ਉਹਦੇ ਨਾਲ ਹੈ ਨਾ ਦਿਖਾਇਆ, ਹੈ ਨਾ, ਜੇ ਇਹ ਤਾਂ ਲੱਗਦੀ ਜਿਵੇਂ ਫੋਟੋ ਤੁਸੀਂ ਕੈਮਰੇ 'ਤੇ ਖਿੱਚੀ ਹੋਵੇ, ਹੈ ਨਾ, ਪਰ ਵਾਹ ਜੀ ਕਮਾਲ ਹੈ, ਚਰਖਾ ਅਤੇ ਉਹ ਸਾਡਾ ਸੱਭਿਆਚਾਰ ਪੂਰਾ ਦਿਖਾਈ ਦੇ ਰਿਹਾ। ਹਾਂਜੀ ਹਾਂ, ਇਹਦੇ ਵਿੱਚ ਇੱਕ ਤਾਂ ਜਿਹੜੀਆਂ ਦੋ ਗੱਲਾਂ ਮੈਂ ਸੁਚੇਤ ਤੌਰ 'ਤੇ ਕੀਤੀਆਂ ਵੀ ਜੋ ਵੀ ਜਿੱਦਾਂ ਹੁਣ ਕੰਧਾਂ 'ਤੇ ਉਹ ਮੋਰ ਤੋਤੇ ਬਣੇ ਹੋਏ ਨੇ ਜੀ, ਇਹ ਸਾਰੇ ਓਰਿਜਿਨਲ ਅਤੇ ਔਥੈਂਟਿਕ ਡਿਜ਼ਾਇਨ ਨੇ ਜੀ, ਕੋਈ ਫਰਜ਼ੀ ਨਹੀਂ ਗੇ ਜੀ, ਇਹ ਬਕਾਇਦਾ ਇਹਨਾਂ ਦੀ ਫੋਟੋਗ੍ਰਾਫੀ ਕਰਕੇ ਸਕੈਚ ਕਰਕੇ ਸਾਂਭੇ। ਫਿਰ ਇਸੇ ਤਰ੍ਹਾਂ ਹੀ ਜਿਹੜੇ ਹੁਣ ਫੁਲਕਾਰੀਆਂ ਦੇ ਡਿਜ਼ਾਇਨ ਨੇ ਇਹ ਵੀ ਸਾਰੇ ਓਰਿਜਿਨਲ ਔਥੈਂਟਿਕ ਡਿਜ਼ਾਇਨ ਨੇ, ਕੋਈ ਫਰਜ਼ੀ ਡਿਜ਼ਾਇਨ ਨਹੀਂ। ਨਹੀਂ ਨਹੀਂ ਇਹ ਤਾਂ ਮਤਲਬ ਤੁਸੀਂ ਰੂਹ ਨਾਲ ਬਣਾਏ ਹੋਏ ਨੇ, ਤੁਹਾਡੀ ਕਲਮ ਜਿਹੜੀ ਆ ਉਹਦੇ ਵਿੱਚੋਂ ਨਿਖਾਰ ਇਹ ਜਿਹੜਾ ਤੁਹਾਡਾ ਜਿਹੜਾ ਅੰਦਰ ਦਿਖਦਾ ਹੈ ਜਿਵੇਂ ਤੁਸੀਂ ਪੰਜਾਬ ਲਈ ਬਣਾ ਰਹੇ ਹੋ, ਇਹ ਮਹਾਰਾਜਾ ਤੁਸੀਂ ਉੱਪਰ ਵਾਲੀ ਗੱਲ ਕੀਤੀ ਰਣਜੀਤ ਸਿੰਘ ਹੋਰਾਂ ਦੀ, ਹਾਂਜੀ ਹਾਂ, ਅਤੇ ਇਹ ਸਾਡੇ ਪੰਜਾਬੀ ਸੱਭਿਆਚਾਰ ਦੀ ਉਹ ਖੂੰਡੇ ਵਾਲੇ ਬਾਬੇ ਦੀ ਤੁਸੀਂ ਬਣਾਈ ਹੈ, ਹੈ ਨਾ, ਉਹ ਉਹਨਾਂ ਦਾ ਉਹ ਵੀ ਬੜੀ ਮਤਲਬ ਸਾਡੇ ਪੰਜਾਬ ਦੇ। ਹਾਂਜੀ, ਇਹ ਖੁੰਡੇ ਵਾਲੇ ਬਾਬੇ ਦੀ ਬਹੁਤ ਇੰਟਰਸਟਿੰਗ ਸਟੋਰੀ ਮੈਂ ਤੁਹਾਨੂੰ ਸੁਣਾਉਂਦਾ। ਹਾਂਜੀ, ਇੱਥੇ ਸਾਡੇ ਦੋਸਤ ਨੇ MLA ਜਗਰੂਪ ਸਿੰਘ ਬਰਾੜ, ਠੀਕ ਹੈ ਜੀ, ਅਤੇ ਇਹ ਉਹਨਾਂ ਦੇ ਫਾਦਰ ਨੇ। ਅੱਛਾ, ਉਹਨਾਂ ਦੇ ਫਾਦਰ ਕੈਮਰਾ ਮੈਂ ਨੂੰ ਕਹੂੰਗਾ ਵੀ ਦਿਖਾਉਣ। ਸਰਦਾਰ ਜਗਰੂਪ ਸਿੰਘ ਜਿਹੜੇ ਕੈਨੇਡਾ ਤੋਂ MLA ਨੇ ਜੀ? ਹਾਂਜੀ, ਇੱਥੋਂ ਸਾਡੇ ਸਰੀ ਤੋਂ ਜੀ, BC ਦੇ ਵਿੱਚ ਮਿਨਿਸਟਰ ਨੇ ਹੁਣ ਤਾਂ। ਅੱਛਾ, ਮਿਨਿਸਟਰ ਨੇ ਜੀ, ਹਾਂਜੀ, ਅਤੇ ਉਹਨਾਂ ਦੇ ਫਾਦਰ ਨੇ ਜੀ? ਹਾਂਜੀ, ਕੀ ਨਾਮ ਹੈ ਜੀ ਸਰਦਾਰ ਸਾਹਿਬ? ਇਹਨਾਂ ਦਾ ਕਾਕਾ ਸਿੰਘ। ਕਾਕਾ ਸਿੰਘ, ਅੱਛਾ, ਇਹਨਾਂ ਦੇ ਜਿਹੜੇ ਜਗਰੂਪ ਹੋਰਾਂ ਦੇ ਵੱਡੇ ਭਰਾ ਸੀ ਉਹ ਮੇਰੇ ਬਹੁਤ ਦੋਸਤ ਸੀ, ਅਤੇ ਅਸੀਂ ਇਕੱਠੇ ਸੈਰ
ਕਰਨ ਜਾਂਦੇ ਹੁੰਦੇ ਸੀਗੇ। ਠੀਕ ਹੈ। ਅਤੇ ਉਹਨੇ ਇੱਕ ਦਿਨ ਮੈਨੂੰ ਕਿਹਾ ਵੀ ਆਪਾਂ ਬਾਪੂ ਜੀ ਦੀ ਪੇਂਟਿੰਗ ਬਣਾਈਏ। ਅਤੇ ਮੈਂ ਕਿਹਾ ਵੀ ਚਲੋ ਹੈਗੀ ਉਹਨਾਂ ਦੀ, ਆਪ ਤਾਂ ਜਾ ਚੁੱਕੇ ਸੀ। ਹਾਂਜੀ। ਉਹਨਾਂ ਨੇ ਫਿਰ ਇੱਕ ਛੋਟੀ ਜਿਹੀ ਫੋਟੋ ਦਿੱਤੀ ਜਿਸ ਤਰ੍ਹਾਂ ਪਾਸਪੋਰਟ ਸਾਈਜ਼ ਫੋਟੋ ਹੁੰਦੀ ਆ। ਅਤੇ ਮੈਂ ਕਿਹਾ ਚੱਲ ਠੀਕ ਆ। ਅਤੇ ਮੈਂ ਫਿਰ ਜਦੋਂ ਪੋਰਟਰੇਟ ਸ਼ੁਰੂ ਕਰ ਦਿੱਤਾ, ਡਰਾਇੰਗ ਪਹਿਲਾਂ ਸਕੈਚ ਬਣਾਇਆ ਅਤੇ ਕੈਨਵਸ 'ਤੇ ਹੀ ਮੈਂ ਉਹਨਾਂ ਨੂੰ ਕਿਹਾ ਵੀ ਬਾਪੂ ਜੀ ਦੀ ਸ਼ੁਰੂ ਕਰਤੀ, ਬਈ ਇੱਕ ਵਾਰੀ ਆ ਕੇ ਦੇਖ ਲਓ। ਠੀਕ ਹੈ ਜੀ। ਅਤੇ ਜਦੋਂ ਮੈਂ ਦਿਖਾਇਆ ਵੀ ਕਹਿੰਦੇ ਕਮਾਲ ਹੋ ਗਈ। ਮੈਂ ਕਿਹਾ ਕੀ ਗੱਲ, ਕਹਿੰਦੇ ਵੀ ਤੁਹਾਨੂੰ ਕਿਵੇਂ ਪਤਾ ਵੀ ਇਹ ਮੂਹਰੇ 'ਤੇ ਬਹਿੰਦੇ ਹੁੰਦੇ ਸੀ। ਮੈਂ ਕਿਹਾ ਵੀ ਤੁਸੀਂ ਜੋ ਉਹਨਾਂ ਦੀਆਂ ਗੱਲਾਂ ਸੁਣਾਈਆਂ, ਉਹਨਾਂ ਦਾ ਸੁਭਾਅ, ਲੋਕਾਂ ਦੀ ਮਦਦ ਕਰਨ ਦਾ ਸੁਭਾਅ, ਔਰ ਜਦੋਂ ਪਾਕਿਸਤਾਨ ਬਣਿਆ ਇੱਧਰੋਂ ਮੁਸਲਮਾਨ ਪਰਿਵਾਰਾਂ ਨੂੰ ਕਿਵੇਂ ਸੁਰੱਖਿਅਤ ਉੱਤੇ ਪਾਕਿਸਤਾਨ ਛੱਡ ਕੇ ਆਏ, ਉਹ ਸਾਰੀਆਂ ਗੱਲਾਂ ਉਹਨਾਂ ਨੇ ਮੈਨੂੰ ਸੁਣਾਉਂਦੇ ਹੁੰਦੇ ਸੀ ਜਦੋਂ ਅਸੀਂ ਸੈਰ ਕਰਨ। ਤਾਂ ਮੈਂ ਕਿਹਾ ਵੀ ਉੱਥੋਂ ਮੈਨੂੰ ਅੰਦਾਜ਼ਾ ਲੱਗਿਆ ਔਰ ਮੇਰੀ ਇਮੈਜੀਨੇਸ਼ਨ ਨੇ ਕੰਮ ਕੀਤਾ ਕਿ ਇਸ ਤਰ੍ਹਾਂ ਦੇ ਬਜ਼ੁਰਗ ਇਹ ਇਸ ਤਰ੍ਹਾਂ ਹੀ ਬਹਿੰਦੇ ਹੋਣਗੇ। ਅਤੇ ਤੁਸੀਂ ਉਹਨਾਂ ਨਾਲ ਫਿਰ ਉਹ ਗੱਲਾਂ ਬਾਤਾਂ ਜਦੋਂ ਕਰਦੇ ਸੀਗੇ, ਉਹਦੇ ਵਿੱਚੋਂ ਉਹਨਾਂ ਦਾ ਕਰੈਕਟਰ ਕਰੈਕਟਰ ਨਿਕਲਿਆ ਅਤੇ ਬਹਿਣ ਦਾ ਅੰਦਾਜ਼ ਹੀ ਲੱਭਿਆ। ਔਰ ਜਦੋਂ ਉਹਨਾਂ ਦੇ ਘਰ ਇਹ ਪੇਂਟਿੰਗ ਲੈ ਕੇ ਗਏ ਅਤੇ ਜੋ ਗੁਰੂਪੁਰਾਂ ਦੇ ਮਾਤਾ ਜੀ ਉਹ ਜਿਉਂਦੇ ਸੀਗੇ ਉਦੋਂ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬੇਬੇ ਜੀ ਠੀਕ ਆ? ਉਹ ਕਹਿੰਦੇ ਵੀ ਹਾਂ ਪੁੱਤ ਐਵੇਂ ਹੀ ਬਹਿੰਦੇ ਹੁੰਦੇ ਸੀ। ਕੈਨੇਡੀਅਨ ਪੋਰਟਰੇਟ ਇੰਸਟੀਚਿਊਟ ਵੱਲੋਂ ਐਵਾਰਡ ਵੀ ਮਿਲਿਆ ਇਸ ਪੇਂਟਿੰਗ ਨੂੰ। ਅੱਛਾ ਜੀ। ਹਾਂਜੀ। ਬਾਕੀ ਆ ਵੀ ਤੁਸੀਂ ਮਤਲਬ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉੱਪਰੋਂ ਵੀ ਇਹ ਮਹਾਰਾਜਾ ਸ਼ੇਰ ਸਿੰਘ ਹੈ, ਰਣਜੀਤ ਸਿੰਘ ਦਾ ਬੇਟਾ, ਉਹ ਦਰਬਾਰ ਆਪਣਾ ਲਗਾਈ ਬੈਠਾ। ਇੱਧਰ ਧਿਆਨ ਸਿੰਘ ਅਤੇ ਹੋਰ ਵਜ਼ੀਰ ਬੈਠੇ ਨੇ ਜੀ। ਅਤੇ ਇਹ ਵਾਲੀ ਇਹ ਵੀ ਨਿਹੰਗ ਫੌਜਾਂ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਵਿੱਚ ਜਾ ਰਹੀਆਂ ਉਹ ਵਾਲੀ। ਹਾਂਜੀ ਹਾਂਜੀ। ਅਤੇ ਮਤਲਬ ਇਹ ਤਾਂ ਇੱਦਾਂ ਤੁਸੀਂ ਜਿਹੜੇ ਇਹ ਚਿੱਤਰ ਬਣਾਏ ਨੇ ਜੀ, ਚਿੱਤਰਕਾਰੀ ਕੀਤੀ ਆ, ਮੈਂ ਮੇਰੇ ਕੋਲ ਉਹ ਸ਼ਬਦ ਨਹੀਂ ਆ ਰਹੇ ਜਿਹੜੇ ਮੈਂ ਕਹਿਣਾ ਚਾਹੁੰਦਾ। ਇਹ ਤਾਂ ਰੂਹਾਂ ਮਤਲਬ ਸਾਹਮਣੇ ਬੈਠੀਆਂ ਦਿਖਾਈ ਦੇ ਰਹੀਆਂ ਨੇ। ਹਾਂ ਬਿਲਕੁਲ। ਮਤਲਬ ਤੁਹਾਡੇ ਚਿੱਤਰਾਂ ਦੇ ਵਿੱਚ ਰੂਹਾਂ ਜਿਉਂਦੀਆਂ ਨੇ। ਜਿਉਂਦੀਆਂ ਨੇ। ਔਰ ਜਦੋਂ ਸਾਡੇ ਫਾਦਰ ਨੂੰ, ਪਿਤਾ ਜੀ ਨੂੰ ਆਮ ਲੋਕ ਇਹੀ ਪੁੱਛਦੇ ਨੇ ਵੀ ਕਿਵੇਂ ਬਣਾਉਂਦੇ ਹੋ ਤਸਵੀਰ ਜੀ, ਅਤੇ ਉਹਨਾਂ ਦਾ ਇਹ ਜਵਾਬ ਹੁੰਦਾ ਸੀਗਾ ਵੀ ਪੂਰੀ ਪੇਂਟਿੰਗ ਮੇਰੇ ਮਾਇੰਡ ਦੇ ਵਿੱਚ ਬਣੀ ਬਣਾਈ ਆ ਜਾਂਦੀ ਹੈ ਅਤੇ ਉਹ ਮੈਂ ਕੈਨਵਸ ਦੇ ਉੱਤੇ ਉਤਾਰ ਦਿੰਦਾ ਜੀ। ਅਤੇ ਉਹੀ ਗੱਲ ਮਤਲਬ ਅੱਜ ਇੰਨੇ ਸਾਲਾਂ ਬਾਅਦ ਮੈਂ ਵੀ ਕਹਿ ਸਕਦਾ ਵੀ ਜਦੋਂ ਕੋਈ ਪ੍ਰੋਜੈਕਟ ਦੀ ਗੱਲ ਚੱਲਦੀ ਆ ਵੀ ਆਹ ਚੀਜ਼ ਬਣਾਉਣੀ ਆ, ਮੈਂ ਕਿਹਾ ਵੀ ਉਹ ਤਾਂ ਬਣ ਗਏ, ਹੁਣ ਤੁਸੀਂ ਦੱਸੋ ਵੀ ਕੀ ਅਗਲੀਆਂ ਗੱਲਾਂ ਕਿੰਨੇ ਸਾਈਜ਼ ਦੀ ਕਿਸ ਤਰ੍ਹਾਂ ਦੀ ਚਾਹੁੰਦੇ। ਕਮਾਲ। ਅਤੇ ਉਹ ਤੁਹਾਡੀ ਇਮੈਜੀਨੇਸ਼ਨ ਇਸ ਤਰ੍ਹਾਂ ਡਿਵੈਲਪ ਹੋ ਜਾਂਦੀ ਆ। ਹਾਂਜੀ। ਵਿਜੂਅਲਾਈਜੇਸ਼ਨ, ਕੰਸੈਪਚੁਅਲਾਈਜੇਸ਼ਨ। ਬਿਲਕੁਲ ਜੀ। ਆਹ ਵੀ ਤੁਸੀਂ ਮਤਲਬ ਖੁਦ ਹੱਥ ਦੇ ਨਾਲ ਹੈ ਨਾ? ਹਾਂਜੀ। ਇਹ ਨਾ ਜਿਹੜੇ ਅਸੀਂ ਇੱਥੇ ਆਰਟ ਬੱਚਿਆਂ ਨੂੰ ਆਰਟ ਅਤੇ ਪੇਂਟਿੰਗ ਦੀਆਂ ਕਲਾਸਿਸ ਲਗਾਉਂਦੇ ਹਾਂ, ਇਹ ਜਿਹੜੇ ਸਾਡੇ ਸਟੂਡੈਂਟਸ ਨੇ ਇਹ ਸਾਰਾ ਉਹਨਾਂ ਦਾ ਵਰਕ, ਬੱਚਿਆਂ ਦਾ ਵਰਕ ਆ। ਬੱਚਿਆਂ ਦਾ ਵਰਕ ਹੈ। ਹਾਂਜੀ। ਬੜਾ ਪੱਖ ਹੈ ਕਮਾਲ ਦਾ ਕਿ ਵਿਦੇਸ਼ਾਂ ਦੇ ਵਿੱਚ ਆ ਕੇ, ਕੈਨੇਡਾ ਵਰਗੇ ਮੁਲਕ ਦੇ ਵਿੱਚ ਆ ਕੇ ਸੱਭਿਆਚਾਰ ਨੂੰ ਜਿਉਂਦਾ ਰੱਖ ਰਹੀਆਂ ਨੇ ਇਹ ਰੂਹਾਂ। ਸਰਦਾਰ ਜਰਨੈਲ ਸਿੰਘ ਜੀ ਵਰਗੇ ਲੋਕ ਜਿਨ੍ਹਾਂ ਨੂੰ ਕਿਸੇ ਸਰਕਾਰਾਂ ਦੀ ਲੋੜ ਨਹੀਂ ਹੈ, ਕਿਸੇ ਅਵਾਰਡਾਂ ਦੀ ਲੋੜ ਨਹੀਂ ਹੈ, ਸ਼੍ਰੋਮਣੀ ਕਮੇਟੀ ਅਵਾਰਡ ਹੋਣ, ਚਾਹੇ ਸ਼੍ਰੋਮਣੀ ਸਾਹਿਤਕਾਰ, ਸ਼੍ਰੋਮਣੀ ਚਿੱਤਰਕਾਰ ਵਰਗੇ ਅਵਾਰਡ ਵੱਡੇ ਵੱਡੇ ਮਿਲਦੇ ਨੇ ਸਾਡੇ ਪੰਜਾਬ ਦੇ ਵਿੱਚ, ਪਰ ਅਕਸਰ ਚਰਚਾ ਹੁੰਦੀ ਹੈ ਕਿ ਸਿਆਸਤ ਤੋਂ ਪ੍ਰੇਰਿਤ ਹੀ ਅਵਾਰਡ ਜ਼ਿਆਦਾਤਰ ਉਹਦੇ ਵਿੱਚ ਸਿਲੈਕਸ਼ਨ ਹੋ ਜਾਂਦੀ ਹੈ। ਬੜੇ ਤਰ੍ਹਾਂ ਦੇ ਕਿੰਤੂ ਪ੍ਰੰਤੂ ਹੁੰਦੇ ਨੇ, ਪਰ ਕਦੇ ਅੱਖ ਜਾਂਦੀ ਹੈ ਸਰਕਾਰਾਂ ਦੀ, ਅੱਖ ਜਾਂਦੀ ਹੈ ਇਹਨਾਂ ਲੋਕਾਂ ਦੇ ਵੱਲ ਜਿਨ੍ਹਾਂ ਨੇ ਸਾਡੀ ਅਰਦਾਸ ਦੇ ਵਿੱਚ ਸ਼ਾਮਲ ਸ਼ਹੀਦਾਂ ਨੂੰ ਆਪਣੇ ਚਿੱਤਰਾਂ ਦੇ ਰਾਹੀਂ
ਹੈ ਨਾ, ਜਿਉਂਦਾ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ ਰੱਖਿਆ ਹੋਵੇ। ਅਤੇ ਉਹਨਾਂ ਦੇ ਪੁੱਤਰ ਵੀ ਗਾਹਾਂ ਸਰਦਾਰ ਜਰਨੈਲ ਸਿੰਘ, ਇਹਨਾਂ ਦੇ ਪਿਤਾ ਸਰਦਾਰ ਕਿਰਪਾਲ ਸਿੰਘ ਜੀ ਹੋਰਾਂ ਨੇ ਕਿੱਡੀ ਵੱਡੀ ਘਾਲਣਾ ਘਾਲੀ ਹੈ ਇਸ ਸਾਡੇ ਇਹਨਾਂ ਚਿੱਤਰਾਂ ਦੇ ਰਾਹੀਂ ਇਤਿਹਾਸ ਨੂੰ ਜਿਉਂਦਾ ਰੱਖਣਾ ਹੈ ਨਾ। ਇਤਿਹਾਸ ਨੂੰ ਸਾਂਭ ਕੇ ਰੱਖਣ ਵਾਲੀਆਂ ਹੀ ਕੌਮਾਂ ਜਿਉਂਦਿਆਂ ਰਹਿੰਦੀਆਂ ਨੇ, ਨਹੀਂ ਤਾਂ ਉਹ ਕੌਮਾਂ ਗਵਾਚ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ ਜਦੋਂ ਉਹਨਾਂ ਦਾ ਇਤਿਹਾਸ ਖਤਮ ਹੋ ਜਾਵੇ। ਕੈਨੇਡਾ ਵਰਗੇ ਮੁਲਕ ਦੇ ਵਿੱਚ ਸਾਡੇ ਪੰਜਾਬੀ, ਦੇਖੋ ਇੰਨੇ ਸਾਲ ਇਹਨਾਂ ਨੇ ਪੰਜਾਬ ਦੇ ਵਿੱਚ ਲਾਉਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਯੋਗਦਾਨ ਹੈ ਉੱਥੇ ਹੈ ਨਾ, ਉਸ ਸਿੱਖ ਅਜਾਇਬ ਘਰ ਦੇ ਵਿੱਚ ਚਿੱਤਰਾਂ ਦੇ ਰਾਹੀਂ ਇਹਨਾਂ ਦੇ ਫਾਦਰ ਸਾਹਿਬ ਨੇ ਪਾਇਆ। ਅਤੇ ਇੱਥੇ ਆ ਕੇ ਸਰਦਾਰ ਜਰਨੈਲ ਸਿੰਘ ਵੀ ਪੰਜਾਬੀ ਵਿਰਸੇ ਨੂੰ ਸਾਂਭ ਰਹੇ ਨੇ, ਸੱਭਿਆਚਾਰ ਨੂੰ, ਇੱਥੋਂ ਦੀ ਪੀੜ੍ਹੀ ਨੂੰ, ਇੱਥੇ ਪੰਜਾਬੀ ਪੀੜ੍ਹੀ ਨੂੰ, ਬੱਚਿਆਂ ਨੂੰ ਇੱਥੇ ਸਾਡੇ ਸੱਭਿਆਚਾਰ ਨਾਲ ਜੋੜ ਕੇ ਰੱਖ ਰਹੇ ਨੇ। ਕਿੱਡਾ ਵੱਡਾ ਉਪਰਾਲਾ। ਅਤੇ ਇਸ ਤਰ੍ਹਾਂ ਹੀ ਇਹਨਾਂ ਨਾਲ ਹੋਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਇਹਨਾਂ ਦੇ ਆਹ ਚਿੱਤਰਾਂ ਬਾਰੇ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਂਦੇ ਰਹਿਣ। ਇਹ ਪੰਜਾਬੀ ਮੁਟਿਆਰ ਦੀ ਤਸਵੀਰ ਹੈ ਸਾਡੇ ਪੰਜਾਬੀ ਸੱਭਿਆਚਾਰ ਦੀ, ਉੱਪਰ ਜਿਉਂਦੀ ਜਾਗਦੀ। ਉਹ ਦੇਖੋ ਦੇਖੋ ਬਈ ਪੱਤਾ ਲੈ ਕੇ ਆਉਂਦੀ ਮੁਟਿਆਰ, ਜਿਵੇਂ ਕਣਕ ਦੇ ਵਿੱਚ ਜਦੋਂ ਜੱਟ ਖੇਤਾਂ 'ਚ ਕੰਮ ਕਰਦੇ ਨੇ। ਅਤੇ ਇਸੇ ਤਰ੍ਹਾਂ ਆਹ ਇੱਕ ਤਸਵੀਰ ਸਾਡੇ ਪੰਜਾਬੀ, ਸਾਡੀ ਮੁਟਿਆਰ, ਅਤੇ ਇਸ ਤਰ੍ਹਾਂ ਦਾ ਆਹ ਦੇਖੋ ਕੋਕਾ ਨੱਥ ਕਿਸ ਤਰੀਕੇ ਦੇ ਨਾਲ ਇਸ ਸੱਭਿਆਚਾਰ ਨੂੰ ਜੋੜ ਕੇ ਰੱਖਿਆ ਹੋਇਆ ਇਹਨਾਂ ਨੇ ਆਪਣੀਆਂ ਤਸਵੀਰਾਂ ਦੇ ਵਿੱਚ। ਅਤੇ ਅੱਗੇ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਤਸਵੀਰਾਂ ਦਿਖਾਉਂਦੇ ਰਹਿਣ। ਇਕੱਲੀ ਇਕੱਲੀ ਤਸਵੀਰ ਦੇ ਵਿੱਚ ਰੂਹ ਜਿਉਂਦੀ ਜਾਗਦੀ ਤੁਹਾਨੂੰ ਦਿਖਾਈ ਦੇਊਗੀ। ਇਹ ਵੀ ਤਸਵੀਰ ਸਾਡੇ ਸਿੱਖ ਵਿਰਸੇ ਦੀ ਆ, ਇਹ ਸਾਡੇ ਪੰਜਾਬੀ ਸੱਭਿਆਚਾਰ ਦੀ ਤਸਵੀਰ ਹੈ ਮੁਟਿਆਰ ਦੀ। ਅਤੇ ਹੋਰ ਤਸਵੀਰਾਂ ਜਿੰਨੀਆਂ ਤੁਹਾਨੂੰ ਦਿਖਾਈਏ ਘੱਟ ਹੋਣਗੀਆਂ, ਪਰ ਕੈਨੇਡਾ ਵਰਗੀ ਧਰਤੀ ਦੇ ਵਿੱਚ ਪੰਜਾਬੀ ਲਾਈਨਜ਼ ਤੁਹਾਨੂੰ ਇਹ ਦਿਖਾ ਰਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਪੱਖੀ ਲੋਕਾਂ ਨੂੰ ਤੁਹਾਨੂੰ ਦਿਖਾਈਏ। ਅਤੇ ਇਹ ਸਰਦਾਰ ਜਰਨੈਲ ਸਿੰਘ ਹੋਰਾਂ ਦਾ ਜਿਹੜਾ ਹੈਗਾ ਆਰਟ ਦਾ, ਜਿਹੜਾ ਇੱਥੇ ਇਹ ਕਰਦੇ ਨੇ ਆਪਣਾ ਕਲਮ ਦੇ ਰਾਹੀਂ, ਉਹ ਦੇਖੋ ਤੁਸੀਂ ਕਿੰਨੀ ਸੋਹਣੀ ਤਸਵੀਰ ਹੈ। ਬੇ ਮੈਂ ਕੰਡਿਆਲੀ ਥੋਰਵੇ ਸੱਜਣਾ, ਸ਼ਿਵ ਦੀ ਹੈ ਨਾ ਭਾਅ ਜੀ ਇਹ ਤਸਵੀਰ? ਹਾਂਜੀ। ਵਾਹ ਜੀ ਵਾਹ। ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ, ਇਹ ਗੁਰੂ ਨਾਨਕ ਮਹਾਰਾਜ ਦੀ ਤਸਵੀਰ ਤੁਹਾਨੂੰ ਦਿਖਾਈ ਦੇ ਰਹੀ ਹੈ, ਜਿਹੜੀ ਇਹ ਵੀ ਤੁਹਾਡੇ ਵੱਲੋਂ ਬਣਾਈ ਗਈ ਹੈ? ਹਾਂਜੀ। ਆਹ ਦੇਖੋ ਜੀ ਬਣ ਰਹੀ ਹਲੇ ਇਹਦੇ 'ਤੇ। ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ। ਵਾਹ, ਇਹ ਵੀ ਸਾਡਾ ਪੰਜਾਬ ਦਾ ਸੱਭਿਆਚਾਰ, ਸਾਡਾ ਇਤਿਹਾਸ ਆ, ਸਾਡੇ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਸਾਂਭ ਕੇ ਰੱਖਦੇ। ਵਾਹ ਜੀ, ਇਹ ਕਲਮਾਂ ਨੇ ਸਰਦਾਰ ਜਰਨੈਲ ਸਿੰਘ ਜੀ ਹੋਰਾਂ ਦੀਆਂ, ਜਿਨ੍ਹਾਂ ਨਾਲ ਉਹ ਇਸ ਕੈਨੇਡਾ ਗੋਰਿਆਂ ਦੀ ਧਰਤੀ ਦੇ ਉੱਤੇ, ਗੋਰਿਆਂ ਦੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਸਾਂਭ ਰਹੇ ਨੇ। ਇਕੱਲੀ ਇਕੱਲੀ ਤਸਵੀਰ ਦੇਖਣ ਵਾਲੀ ਹੈ। ਇਹਨਾਂ ਦੀ ਪਰਸਨੈਲਿਟੀ ਦੇ ਬਾਰੇ ਅਤੇ ਇਹਨਾਂ ਬਾਰੇ ਤਾਂ ਹਜੇ ਮੈਂ ਤੁਹਾਨੂੰ ਹੋਰ ਗੱਲਾਂ ਦੇ ਰਾਹੀਂ ਚਾਨਣਾ ਪਾਊਂਗਾ। ਆਹ ਦੇਖੋ, ਇਹ ਬੱਚੇ ਜਿਹੜੇ ਇਹਨਾਂ ਕੋਲ ਇੱਥੇ ਪੰਜਾਬੀ ਸਾਡੇ ਪਰਿਵਾਰਾਂ ਦੇ ਬੱਚੇ ਇੱਥੇ ਆ ਕੇ ਪੇਂਟਿੰਗਾਂ ਬਣਾਉਂਦੇ ਨੇ। ਛੋਟੇ ਛੋਟੇ ਬੱਚੇ ਇਹਨਾਂ ਕੋਲ ਸਿੱਖਦੇ ਨੇ, ਤਾਂ ਕਿ ਅਸੀਂ ਇਸ ਮੁਲਕ ਦੇ ਵਿੱਚ ਵੀ ਰਹਿ ਕੇ ਆਪਣੇ ਸੱਭਿਆਚਾਰ ਨੂੰ, ਆਪਣੇ ਇਤਿਹਾਸ ਨੂੰ ਚਿੱਤਰਾਂ ਦੇ ਰਾਹੀਂ ਇੱਕ ਸ਼ੌਂਕ ਜਿਉਂਦੇ ਰੱਖ ਸਕੀਏ। ਕਮਾਲ ਦੀਆਂ ਨੇ ਇਹ ਤਸਵੀਰ, ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦਾ ਪੰਜਾਬ ਦੇ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ, ਸਰਦਾਰ ਜਰਨੈਲ ਸਿੰਘ ਭਿੰਡਰਾਂ ਵਾਲੇ, ਇਹ ਵੀ ਸਿੱਖਾਂ ਦੇ ਆਈਕੋਨ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹੋਰ ਵੀ, ਇਹ ਵੀ ਗੁਰੂ ਮਹਾਰਾਜ ਦੀ ਤਸਵੀਰ ਇਹਨਾਂ ਵੱਲੋਂ ਬਣਾਈ ਗਈ ਹੈ। ਇਹ
ਪੰਜਾਬੀ ਸੱਭਿਆਚਾਰ ਦੀਆਂ ਜਿਉਂਦੀਆਂ ਜਾਗਦੀਆਂ ਤਸਵੀਰਾਂ ਨੇ। ਇਸੇ ਤਰ੍ਹਾਂ ਅੱਗੇ ਇਹ ਭਾਜੀ ਬੰਦਾ ਸਿੰਘ ਬਹਾਦਰ, ਹਾਂ ਤੁਸੀਂ ਜਰਾ ਤੁਸੀਂ ਦੱਸੋ ਉੱਥੋਂ ਕਿ ਤੁਸੀਂ ਬਣਾਈਆਂ ਨੇ। ਹਾਂਜੀ, ਇਹ ਬੰਦਾ ਸਿੰਘ ਬਹਾਦਰ ਆ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਸਿੱਖ ਰਾਜ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਥਾਪਿਤ ਕੀਤਾ, ਔਰ ਸਰਹੰਦ ਫਤਿਹ ਕਰਕੇ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਆ ਉਸਦਾ ਆਪਣਾ ਬਦਲਾ ਲਿਆ ਅਤੇ ਉੱਥੇ ਰਾਜ ਆਪਣਾ ਸਥਾਪਿਤ ਕੀਤਾ। ਇਸੇ ਤਰ੍ਹਾਂ ਇਹ ਵਾਲੀ ਤਸਵੀਰ ਵੀ ਭਾਜੀ, ਇਕੱਲੀ ਇਕੱਲੀ ਤਸਵੀਰ ਦਾ ਦੱਸੀ ਚੱਲੋ। ਇਹ ਵੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੈ, ਉੱਥੇ ਲਾਹੌਰ ਸ਼ਾਹੀ ਕਿਲ੍ਹੇ ਦੇ ਵਿੱਚ ਲੱਗਿਆ, ਉਹਦੇ ਅਮੀਰ ਵਜ਼ੀਰ ਪ੍ਰਾਈਮ ਮਿਨਿਸਟਰ ਜਰਨੈਲ ਸਾਰੇ ਬੈਠੇ ਨੇ ਅਤੇ ਆਮ ਸੰਗਤ ਵੀ ਆਈ ਹੈ। ਇੱਧਰ ਕੋਈ ਸ਼ੇਰ ਦਾ ਸ਼ਿਕਾਰ ਕਰਕੇ ਆਇਆ ਇਨਾਮ ਲੈਣ ਵਾਸਤੇ, ਇੱਧਰ ਘੋੜ ਸਵਾਰ ਨੇ। ਇਹ ਤਸਵੀਰ ਓਰਿਜਨਲ ਮੇਰੇ ਪਿਤਾ ਜੀ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ ਬਣਾਈ ਹੋਈ, ਉੱਥੇ ਦਰਬਾਰ ਸਾਹਿਬ ਅਜਾਇਬ ਘਰ ਦੇ ਵਿੱਚ ਲੱਗੀ ਆ। ਇਹ ਉਹਦੀ ਫਿਰ ਅੱਗੇ ਕਾਪੀ ਕੀਤੀ। ਵਾਹ, ਇਹ ਵੀ ਬੜੀ ਤਸਵੀਰ, ਅੱਜ ਵੀ ਮਤਲਬ ਐਂ ਮਹਿਸੂਸ ਹੁੰਦੀ ਹੈ ਦੇਖ ਕੇ ਜਿਵੇਂ ਦਰਬਾਰ ਅੱਜ ਵੀ ਲੱਗਿਆ ਹੋਵੇ। ਹਾਂਜੀ ਹਾਂ, ਇਹ ਤਸਵੀਰ ਦੇ ਬਾਰੇ ਵੀ ਸਾਡੇ ਭਾਈ ਕਨ੍ਹਈਆ ਜੀ ਦੀ ਸਟੋਰੀ ਆਪਾਂ ਸਾਰੇ ਜਾਣਦੇ ਹੈਗੇ ਹਾਂ ਕਿ ਕਿਵੇਂ ਉਹ ਦੁਸ਼ਮਣਾਂ ਨੂੰ ਵੀ ਜੰਗ ਦੇ ਵਿੱਚ ਪਾਣੀ ਪਿਲਾਉਂਦੇ ਸੀ, ਫਿਰ ਉਹਨਾਂ ਦੀ ਸ਼ਿਕਾਇਤ ਕੀਤੀ ਗਈ ਸਿੰਘਾਂ ਨੇ ਅਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਅਤੇ ਉਹ ਕਹਿੰਦੇ ਵੀ ਮੈਨੂੰ ਤਾਂ ਹਰ ਜਗ੍ਹਾ ਤੁਹਾਡਾ ਹੀ ਰੂਪ ਦਿਖਦਾ ਅਤੇ ਕੋਈ ਦੁਸ਼ਮਣ ਨਹੀਂ ਦਿਖਦਾ, ਇਸ ਕਰਕੇ ਮੇਰੇ ਵਾਸਤੇ ਤਾਂ ਸਭ ਇੱਕੋ ਜਿਹੇ ਨੇ। ਅਤੇ ਗੁਰੂ ਸਾਹਿਬ ਬਹੁਤ ਖੁਸ਼ ਹੋਏ, ਉਹਨਾਂ ਨੇ ਫਿਰ ਕਿਹਾ ਵੀ ਅੱਗੇ ਤੋਂ ਉਹਨਾਂ ਦੀ ਪਾਣੀ ਤਾਂ ਪਿਲਾਉਣਾ ਹੀ ਆ, ਨਾਲ ਮੱਲਮ ਪੱਟੀ ਦੀ ਸੇਵਾ ਵੀ ਕਰਨੀ ਹੈ। ਅਤੇ ਇਹ ਸਮਝੋ ਇੱਕ ਕਿਸਮ ਦਾ ਜੇ ਆਪਾਂ ਕਹਿ ਲਈਏ ਤਾਂ ਰੈੱਡ ਕ੍ਰਾਸ ਦੇ ਆਈਡੀਏ ਦੀ ਸ਼ੁਰੂਆਤ ਹੈ ਵੀ ਹਰ ਕਿਸੇ ਨੂੰ ਜੰਗ ਦੇ ਵਿੱਚ ਬਰਾਬਰ ਸਮਝਿਆ। ਗੁਰੂ ਸਾਹਿਬ ਨੇ ਬੜਾ ਮਤਲਬ ਸੰਦੇਸ਼ ਹੈ ਜਿਹੜਾ ਸਾਰੇ ਇੱਕ ਬਰਾਬਰ ਸਾਂਝੀਵਾਲਤਾ ਦਾ। ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ, ਆਹ ਵੀ ਤਸਵੀਰ ਜੀ ਇਹਦੇ ਬਾਰੇ ਵੀ। ਹਾਂਜੀ, ਇਹ ਗੁਰੂ ਅਰਜਨ ਦੇਵ ਜੀ ਨੇ ਅਤੇ ਨਾਲ ਭਾਈ ਗੁਰਦਾਸ ਬੈਠੇ ਨੇ, ਔਰ ਗੁਰੂ ਅਰਜਨ ਦੇਵ ਜੀ ਆਪਾਂ ਨੂੰ ਪਤਾ ਕਿ ਇਹਨਾਂ ਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹਦੀ ਸੰਪਾਦਨਾ ਕੀਤੀ ਜੀ ਜੀ, ਔਰ ਜਿੱਥੇ ਵੀ ਬੈਸਟ ਤੋਂ ਬੈਸਟ ਬਾਣੀ ਇਹਨਾਂ ਨੂੰ ਸਾਂਝੀ ਵਾਲਤਾ ਦੇ ਭਾਈਚਾਰੇ ਦਾ ਸੁਨੇਹਾ ਦਿੰਦੀ ਆ। ਔਰ ਇੱਕ ਯੂਨੀਕ ਮਿਸਾਲ ਹੈ ਹਿਸਟਰੀ ਦੇ ਵਿੱਚ ਕਿ ਇੱਕ ਗ੍ਰੰਥ ਦੇ ਵਿੱਚ, ਇੱਕ ਧਰਮ ਦੇ ਗ੍ਰੰਥ ਵਿੱਚ ਦੂਜੇ ਧਰਮ ਦੇ ਵਿਅਕਤੀਆਂ ਦੀ ਬਾਣੀ ਹੋਵੇ ਜੀ, ਜਿਸ ਤਰ੍ਹਾਂ ਬਾਬਾ ਫਰੀਦ ਦੀ ਬਾਣੀ ਹੈ, ਭਗਤ ਪੀਪੇ ਦੀ ਬਾਣੀ ਆ, ਕਬੀਰ ਦੀ ਆ, ਭਗਤ ਨਾਮਦੇਵ, ਇਹਨਾਂ ਸਭ ਦੀਆਂ ਬਾਣੀਆਂ ਵੱਖਰੋ ਵੱਖਰੇ ਮਤਲਬ ਦੇਸ਼ ਦੇ ਵੱਖ ਵੱਖ ਕੋਨਿਆਂ 'ਚੋਂ ਇਕੱਠੀ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਤਲਬ ਸਾਨੂੰ ਦਰਜ ਕੀਤੀ ਗਈ ਦਿੱਤੀ ਆ, ਬਈ ਜਿਹੜਾ ਸਾਂਝੀ ਵਾਲਤਾ ਦਾ ਬਰਾਬਰੀ ਦਾ ਭਾਈਚਾਰੇ ਦਾ ਉਹ ਸੁਨੇਹਾ ਦਿੰਦੀ ਆ, ਔਰ ਇਹਦੇ ਉੱਤੇ ਸਾਨੂੰ ਡਟ ਕੇ ਪਹਿਰਾ ਦੇਣਾ ਚਾਹੀਦਾ। ਬਿਲਕੁਲ ਕਮਾਲ ਦਾ ਗੁਰੂ ਸਾਹਿਬ ਦਾ ਇਹ ਸਾਨੂੰ ਬਹੁਤ ਵੱਡਾ ਖਜ਼ਾਨਾ ਹੈ। ਇਹ ਤਸਵੀਰ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ਰੂਰ ਦਿਖਾਉਣ। ਦੇਖੋ ਆਹ ਦਿੰਦਾ ਨਾ ਪੰਜਾਬ ਸਾਨੂੰ ਇੱਥੇ, ਸਾਡਾ ਮੈਨੂੰ ਲੱਗਦਾ ਜੀ ਇੱਥੇ ਸਾਡੇ ਪੰਜਾਬੀ ਇਹ ਚੀਜ਼ ਦੇਖ ਕੇ ਤਾਂ ਪੰਜਾਬ ਨਾਲ ਜੋੜ ਕੇ ਰੱਖਣ ਦਾ ਤੁਸੀਂ ਬੜਾ ਬਹੁਤ ਆਮ ਤੌਰ 'ਤੇ ਇਹਨੂੰ ਮੈਂ ਦੇਖ ਸਕਦਾ ਜੀ ਉਤਾਰ ਹਾਂਜੀ ਤਸਵੀਰ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਸ ਤਸਵੀਰ ਜਿਹੜੀ ਕਿ ਸਰਦਾਰ ਸਾਹਿਬ ਨੂੰ ਤੁਸੀਂ ਫੜੋ ਜੀ ਇੱਧਰੋਂ, ਤੁਸੀਂ ਦੇਖੋ ਵੀ ਇਹ ਸਾਡਾ ਇਤਿਹਾਸ ਵਿਰਸਾ ਇਤਿਹਾਸ ਉਹਨਾਂ ਨੇ ਪਿੱਛੇ ਸਾਂਭਿਆ ਹੋਇਆ, ਇਹ ਸਾਡਾ ਪੰਜਾਬ ਤੁਹਾਨੂੰ ਦਿਖ ਸਕਦਾ ਹੈ। ਸਰਦਾਰ ਜਰਨੈਲ ਸਿੰਘ ਜੀ ਵਰਗੇ ਆਰਟਿਸਟ ਹੀ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਪੰਜਾਬ ਦਿਖਾ ਸਕਦੇ ਨੇ ਗੋਰਿਆਂ ਦੀ ਧਰਤੀ ਦੇ ਉੱਤੇ। ਇੱਥੋਂ ਦੀ ਪੀੜ੍ਹੀ ਜਦੋਂ ਇੱਥੋਂ ਦੇ ਬੱਚੇ ਇਸ ਦੇਸ਼ ਦੇ ਵਿੱਚ ਰਹਿੰਦੇ ਨੇ, ਕੈਨੇਡਾ ਵਰਗੇ ਗੋਰਿਆਂ ਦੇ ਮੁਲਕ ਦੇ ਵਿੱਚ ਜਿਹੜਾ ਕਿ ਅੰਗਰੇਜ਼ਾਂ ਦਾ ਇੱਕ ਮੁਲਕ ਹੈ,
ਉੱਥੇ ਸਾਡੇ ਪੰਜਾਬ ਨੂੰ ਆਹ ਚੀਜ਼ਾਂ ਦਿਖਾਉਣ ਵਾਲੇ ਬੰਦੇ ਸਰਦਾਰ ਜਰਨੈਲ ਸਿੰਘ ਦੀ ਵਰਗੇ ਨੇ, ਤਾਂ ਇਹ ਪੰਜਾਬ ਲਈ ਖਿੱਚ ਇਹਨਾਂ ਦੇ ਅੰਦਰ ਫੇਰ ਹੀ ਪੈਦਾ ਹੁੰਦੀ ਆ ਵੀ ਅਸੀਂ ਪੰਜਾਬ ਜਾਣਾ, ਹੈ ਨਾ ਜੀ, ਇਹਨੂੰ ਦੇਖ ਕੇ ਜ਼ਰੂਰ ਜਾਂਦੇ ਨੇ। ਅਤੇ ਇਸੇ ਤਰ੍ਹਾਂ ਹੀ ਹੋਰ ਤਸਵੀਰਾਂ ਨੇ, ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਦਾ, ਹੈ ਨਾ, ਇਹਦੇ ਬਾਰੇ ਵੀ ਸੰਖੇਪ ਦੇ ਵਿੱਚ ਜ਼ਰੂਰ ਥੋੜ੍ਹਾ ਥੋੜ੍ਹਾ। ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਆਪਾਂ ਨੂੰ ਪਤਾ ਸਾਰੇ ਜਾਣਨੇ ਆ ਵੀ ਉਹਨਾਂ ਨੇ ਮਰਦਾਨੇ ਚਾਰੇ ਕੁੰਟਾਂ ਵਾਲੀ ਯਾਤਰਾਵਾਂ ਕੀਤੀਆਂ, ਅਰਬ ਦੇਸ਼ਾਂ ਵੱਲ ਗਏ, ਸੀਲੋਨ ਬੰਗਲਾਦੇਸ਼ ਵੱਲ ਗਏ, ਔਰ ਮਰਦਾਨਾ ਉਹਨਾਂ ਦਾ ਹਮੇਸ਼ਾ ਨਾਲ ਸਾਥੀ ਰਿਹਾ ਜੀ। ਔਰ ਗੁਰਬਾਣੀ ਅਤੇ ਸੰਗੀਤ ਦਾ ਜੋ ਮੇਲ ਹੈਗਾ ਉਹ ਗੁਰੂ ਸਾਹਿਬ ਨੇ ਸ਼ੁਰੂ ਤੋਂ ਹੀ ਰੱਖਿਆ, ਅਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਵੀ ਸਾਰੀ ਰਾਗਾਂ ਦੇ ਵਿੱਚ ਹੀ ਹੈ, ਜਿੱਦਾਂ ਤੁਹਾਨੂੰ ਪਤਾ ਨੋਟੇਸ਼ਨ, ਅਤੇ ਸੰਗੀਤ ਅਤੇ ਗੁਰਬਾਣੀ ਦਾ ਆਪਸ ਵਿੱਚ ਬਹੁਤ ਡੂੰਘਾ ਮੇਲ। ਤੁਸੀਂ ਇਹ ਦੇਖਦੇ ਇਸੇ ਤਰ੍ਹਾਂ ਹੋਰ ਤਸਵੀਰਾਂ ਨੇ ਸਰਦਾਰ ਜਰਨੈਲ ਸਿੰਘ ਦੀ, ਇੱਥੋਂ ਦੇ ਹੋਰ ਲੋਕਾਂ ਦੀਆਂ ਵੀ ਤਸਵੀਰਾਂ ਬਣਾਉਂਦੇ ਨੇ, ਬੜੇ ਇਹਦੇ 'ਚ ਹੁੰਦਾ ਵੀ ਕੋਈ ਨਿੱਜੀ ਪੋਰਟਰੇਟ ਨਿੱਜੀ ਪੋਰਟਰੇਟ ਆਪਣੇ ਪਰਿਵਾਰਕ ਮੈਂਬਰਾਂ ਦੇ ਆਪਣੇ ਬਣਵਾਉਂਦੇ ਨੇ ਤਸਵੀਰਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਅੱਗੇ ਖੇਤਾਂ ਦਾ ਸੀਨ ਪੁਰਾਣਾ ਆਪਣਾ ਦੇਖੋ, ਪੰਜਾਬ ਦੇ ਖੇਤਾਂ ਦੀ ਉਹ ਮੱਝਾਂ ਨੂੰ ਪਿੱਛੇ ਲੈ ਕੇ ਉਹ, ਹੈ ਨਾ ਜੀ, ਉਹ ਕੱਟਾ ਵੀ ਜਾ ਰਿਹਾ ਨਾਲ ਬੱਚੇ, ਇਹ ਅਸਲ ਪੰਜਾਬ ਦਿਖਾਈ ਦਿੰਦਾ ਤਸਵੀਰਾਂ 'ਚੋਂ। ਮੈਨੂੰ ਲੱਗਦਾ ਜੀ ਬਾਈ ਜੀ ਤੁਸੀਂ ਨਬਜ਼ ਪਛਾਣ ਰੱਖੀ ਆ ਪੰਜਾਬੀ। ਇੱਧਰ ਆਹ ਤਸਵੀਰ ਦੇਖੋ ਤੁਸੀਂ, ਤਸਵੀਰ ਮੂੰਹੋਂ ਬੋਲਦੀ ਆ, ਹੈ ਨਾ, ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਨਾਲ ਸੰਬੰਧਿਤ ਤਸਵੀਰ ਹੈ। ਹਾਂ, ਬਾਬਾ ਬੁੱਢਾ ਜੀ ਜਦੋਂ ਪਹਿਲੀ ਵਾਰੀ ਪ੍ਰਕਾਸ਼ ਹੋਇਆ ਦਰਬਾਰ ਸਾਹਿਬ, ਕੈਮਰਾ ਮੈਨੂੰ ਕਹੂੰਗਾ ਬੜੇ ਕੈਮਰੇ ਦੇ ਫਰੇਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਨੀ, ਮੈਨੂੰ ਪਤਾ ਵੀ ਤੁਸੀਂ ਇੱਕ ਉਹਦੇ ਉੱਤੇ ਕਰ ਰਹੇ ਹੋ, ਪਰ ਕੋਸ਼ਿਸ਼ ਕਰਨੀ ਵੀ ਗਾਗਰ ਦੇ ਵਿੱਚ ਸਾਗਰ ਪਰੋਈ ਜਾਵੇ। ਤਸਵੀਰ ਨੂੰ ਜਦੋਂ ਵੀ ਦਿਖਾਉਣਾ ਤਾਂ ਉਹ ਤਸਵੀਰ ਦਾ ਅਸਲ ਰੰਗ ਜ਼ਰੂਰ ਆ ਜਾਵੇ, ਹੈ ਨਾ, ਤਾਂ ਕਿ ਉਹ ਤਸਵੀਰ ਦੇ ਵਿੱਚ ਰੂਹ ਬੋਲਦੀ ਹੈ। ਇਹਨਾਂ ਨੇ ਜਿਹਨੇ ਸ਼ੌਂਕ ਨਾਲ ਬਣਾਈਆਂ ਨੇ ਤਸਵੀਰਾਂ, ਉਹਨੇ ਸ਼ੌਂਕ ਨਾਲ ਕੈਮਰਾਮੈਨ ਜੀ ਤੁਸੀਂ ਦਿਖਾਉਣ ਦੀ ਖੇਚਲਾ ਕਰਨੀ। ਇਸੇ ਤਰ੍ਹਾਂ ਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ, ਅਤੇ ਇਹ ਸਾਡੇ ਇਤਿਹਾਸ ਨਾਲ ਸੰਬੰਧਿਤ ਹੋਰ ਤਸਵੀਰਾਂ ਨੇ, ਇਹ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਮੇਰਾ ਇਹ ਸਾਰਾ ਕੁਛ ਤਸਵੀਰਾਂ ਦਿਖਾਉਣ ਦਾ ਤੁਹਾਨੂੰ ਮਕਸਦ ਇਹੀ ਹੈ ਕਿ ਪਤਾ ਲੱਗ ਜਾਂਦਾ, ਕਿਉਂਕਿ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਉੱਘੀ ਸ਼ਖਸੀਅਤ ਦੇ ਨਾਲ, ਗੱਲਾਂ ਬਾਤਾਂ ਦੇ ਵਿੱਚ ਤਾਂ ਸਾਰੀ ਚੀਜ਼ ਹੋ ਜਾਂਦੀ ਹੈ, ਪਰ ਜਦੋਂ ਤੁਸੀਂ ਦੇਖ ਲੈਂਦੇ ਹੋ ਇਹ ਤਸਵੀਰਾਂ ਜਿਹੜੀਆਂ ਕਿ ਸਰਦਾਰ ਜਰਨੈਲ ਸਿੰਘ ਜੀ ਨੇ ਬਣਾਈਆਂ ਨੇ, ਪੰਜਾਬ ਦੇ ਇਤਿਹਾਸ ਨੂੰ ਸੱਭਿਆਚਾਰ ਨੂੰ ਸਾਂਭ ਕੇ ਇਹ ਲੋਕ ਰੱਖ ਰਹੇ ਨੇ, ਕੀ ਮਕਸਦ ਹੈ, ਕੀ ਵਿਜ਼ਨ ਸੀਗਾ, ਕਿਉਂ ਇੱਧਰ ਨੂੰ ਆਏ, ਕਿਸ ਤਰ੍ਹਾਂ ਦੀ ਸਮਾਜ ਦੇ ਵਿੱਚੋਂ ਸਪੋਰਟ ਮਿਲੀ, ਸਾਡੇ ਪੰਜਾਬੀ ਕਿਵੇਂ ਇਹਨੂੰ ਵੇਖਦੇ ਨੇ, ਇਹਨਾਂ ਬਾਰੇ ਹੁਣ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਹੋਰ ਵਿਸਤਾਰ ਦੇ ਵਿੱਚ। ਬਾਈ ਜੀ, ਤੁਸੀਂ ਇਹ ਜਿਹੜੀ ਕੰਮ ਹੈ, ਜਿਹੜਾ ਇਹ ਕਿੱਤਾ ਕਹਿ ਲਈਏ ਜਾਂ ਤੁਹਾਡੇ ਲਈ ਰੁਜ਼ਗਾਰ ਦਾ ਸਾਧਨ ਵੀ ਹੈ, ਹਾਂਜੀ ਹਾਂ, ਇੱਕ ਕਮਾਈ ਦਾ ਸਾਧਨ ਹੈ, ਜਾਂ ਲੋਕਾਂ ਦੇ ਲਈ ਤੁਸੀਂ ਇਤਿਹਾਸ ਨੂੰ ਸੱਭਿਆਚਾਰ ਨੂੰ ਸਾਂਭ ਕੇ ਰੱਖ ਰਹੇ ਹੋ, ਲੋਕਾਂ ਵੱਲ ਹੁੰਗਾਰਾ ਮਿਲਦਾ? ਇਹਦੇ 'ਚ ਇਹ ਹੈ ਕਿ ਜਦੋਂ ਮੈਂ ਇਸ ਤਰ੍ਹਾਂ ਦੀਆਂ ਪੇਂਟਿੰਗ ਸ਼ੁਰੂ ਕੀਤੀ ਆ ਨਾ, ਤਾਂ ਮੈਨੂੰ ਜਿੱਦਾਂ ਅੱਗੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਮੇਰੇ ਦੋਸਤਾਂ ਨੇ ਮੈਨੂੰ ਮਖੌਲ ਮਖੂਲ ਕਰਿਆ ਕਰਨੇ, ਹਾਂਜੀ, ਅਤੇ ਬਈ ਮੈਂ ਇਹੀ ਹੁੰਦਾ ਸੀ ਵੀ ਮੈਂ ਕਿਹਾ ਵੀ ਇਹ ਲੋਕਾਂ ਨੂੰ ਬਹੁਤ ਵਧੀਆ ਲੱਗਦੀ ਆ ਪੇਂਟਿੰਗ, ਅਤੇ ਲੋਕਾਂ ਨੇ ਇਹਨੂੰ ਬੜੀ ਛੇਤੀ ਪ੍ਰਵਾਨਗੀ ਦੇਣੀ, ਅਤੇ ਹੋਇਆ ਵੀ ਇਸੇ ਤਰ੍ਹਾਂ ਹੀ, ਕਿਉਂਕਿ ਜਦੋਂ ਵੀ ਐਗਜੀਬਿਸ਼ਨਾਂ ਲਾਈ ਦੀਆਂ, ਜਿਹੜਾ ਸਭ ਤੋਂ ਆਮ ਕਮੈਂਟ ਹੁੰਦਾ ਨਾ ਵੀ ਉਹ ਕਹਿੰਦੇ ਵੀ ਸਾਨੂੰ ਇਹ ਲੱਗਦਾ ਵੀ ਇਹ ਸਾਡੀਆਂ ਆਪਣੀਆਂ ਪੇਂਟਿੰਗ ਨੇ, ਜਿਸ ਤਰ੍ਹਾਂ ਹੁਣ ਆਹ ਪੇਂਟਿੰਗ ਆਪਾਂ ਦੇਖਦੇ, ਉਹ ਕਹਿੰਦੇ ਵੀ ਇਹ ਸਾਨੂੰ ਇਹ ਤਾਂ ਲੱਗਦਾ ਵੀ ਇਹ ਸਾਡੇ ਆਪਣੇ ਪਿੰਡਾਂ ਦੀਆਂ ਆਪਣੇ ਲੋਕਾਂ ਦੀਆਂ
ਪੇਂਟਿੰਗਸ ਨੇ ਅਤੇ ਉਹ ਬਹੁਤ ਖੁਸ਼ ਹੁੰਦੇ ਨੇ ਦੇਖ ਕੇ ਔਰ ਬੜਾ ਉਹਨਾਂ ਨੂੰ ਮਤਲਬ ਵਧੀਆ ਲੱਗਦਾ। ਹੁਣ ਇੱਥੇ ਕਿਸ ਤਰ੍ਹਾਂ ਕਿ ਮਿਊਰਲਸ ਦਾ ਇੱਥੇ ਕਾਫੀ ਰਿਵਾਜ਼ ਹੈਗਾ ਅਤੇ ਆਮ ਤੌਰ 'ਤੇ ਜਦੋਂ ਕਈ ਵਾਰੀ ਉਹ ਕੋਈ ਨਵਾਂ ਘਰ ਬਣਾਉਂਦੇ ਨੇ ਲੋਕ ਤਾਂ ਉਹ ਕਹਿੰਦੇ ਵੀ ਆਪਾਂ ਅੰਦਰ ਇੱਥੇ ਕੰਧ 'ਤੇ ਪੇਂਟਿੰਗ ਕਰਵਾਈਏ ਅਤੇ ਮੈਂ ਫਿਰ ਉਹਨਾਂ ਨੂੰ ਆਮ ਪੁੱਛਦਾ ਹੁੰਦਾ ਵੀ ਕੀ ਬਣਵਾਉਣਾ ਚਾਹੁੰਦੇ ਹਾਂ ਕੀ ਚਾਹੁੰਦਾ। ਉਹਨਾਂ ਦਾ ਅਕਸਰ ਇਹੀ ਆਮ ਉਹਨਾਂ ਦਾ ਹੁੰਦਾ ਬਾਈ ਜੀ ਬਈ ਆ ਖੇਤ ਖੂਤ ਬਣਾ ਦਿਓ, ਖੂਹ ਚੱਲਦਾ ਹੋਵੇ ਪਿੱਛੇ, ਮਤਲਬ ਜਿਹੜਾ ਪੰਜਾਬ ਉਹ ਪਿੱਛੇ ਛੱਡ ਆਏ ਨੇ ਉਹ ਫਿਰ ਹੁਣ ਇੱਥੇ ਦੁਬਾਰਾ ਲੋਕਾਂ ਦੇ ਘਰਾਂ ਦੇ ਵਿੱਚ ਪੇਂਟਿੰਗ ਰਾਹੀਂ ਉਹਨੂੰ ਆਪਣਾ ਲਿਆ ਰਹੇ ਨੇ। ਕੈਮਰਾਮੈਨ ਜੀ ਫਰੇਮ ਪੂਰਾ ਜ਼ਰੂਰ ਲੈ ਲਿਓ, ਪੂਰਾ ਫਰੇਮ ਰੱਖਿਓ ਇੱਥੇ। ਹਾਂਜੀ, ਮਤਲਬ ਲੋਕੀ ਆਪਣੇ ਉਹਨੂੰ ਜਿਹੜੀ ਚੀਜ਼ ਨੂੰ ਮਿਸ ਕਰਦੇ ਉਹ ਫਿਰ ਇੱਥੇ ਰੀਕ੍ਰੀਏਟ ਕਰ ਲੈਂਦੇ। ਔਰ ਮੈਂ ਦੇਖਿਆ ਕਿ ਹੁਣ ਇੱਥੇ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਲਾ ਲਈਏ, ਉੱਧਰ ਬ੍ਰੈਂਪਟਨ ਵਾਲੇ ਪਾਸੇ ਜਾਂ ਇੱਧਰ ਜਾਂ ਦੂਜੇ ਮੁਲਕਾਂ ਦੇ ਵਿੱਚ ਨਿਊਜ਼ੀਲੈਂਡ, ਆਸਟ੍ਰੇਲੀਆ, ਕਿੱਥੇ ਕਿਤੇ ਵੀ ਆਪਣੇ ਲੋਕ ਗਏ ਨੇ, ਉਹਨਾਂ ਨੇ ਆਪਣੇ ਆਪਣੇ ਪੰਜਾਬ ਉਸਾਰ ਲਏ, ਉੱਥੇ ਸਭ ਕੁਝ ਜੋ ਪੰਜਾਬ ਵਿੱਚ ਹੈਗਾ ਉਹ ਉੱਥੇ ਮਿਲ ਜਾਂਦਾ, ਆਪਣੀ ਗਰੋਸਰੀ ਮਿਲ ਜਾਂਦੀ ਆ, ਆਪਣੇ ਗੁਰਦੁਆਰੇ ਹੈਗੇ ਨੇ ਬੈਂਕਟ ਹਾਲ ਦੇ ਉਹਦੇ ਵਿੱਚ ਉਹ ਸਾਰਾ ਕੁਛ ਜਿਹੜਾ ਆਪਾਂ ਉੱਥੇ ਕਰਦੇ ਹਾਂ ਸੱਭਿਆਚਾਰਕ ਤੌਰ 'ਤੇ ਗਿੱਧਾ ਭੰਗੜਾ ਉਹ ਸਭ ਚੀਜ਼ਾਂ ਉੱਥੇ ਮਿਲ ਜਾਂਦੀਆਂ। ਬਈ ਉਹ ਜਿੱਦਾਂ ਕਹਿੰਦੇ ਨਾ ਪੰਜਾਬੀ 'ਚ ਬਈ ਸ਼ੱਕਰਖੋਰੇ ਨੂੰ ਸ਼ੱਕਰ ਲੱਭ ਹੀ ਜਾਂਦੀ ਆ, ਅਤੇ ਬੰਦਾ ਜਿਹੋ ਜਿਹੇ ਸੁਭਾਅ ਵਾਲਾ ਜਾਂ ਸ਼ੌਕ ਵਾਲਾ ਹੈ ਉਹਨੂੰ ਇਹਨਾਂ ਮੁਲਕਾਂ 'ਚ ਉਹੋ ਜਿਹਾ ਮਾਹੌਲ ਅਤੇ ਵਿਅਕਤੀ ਮਿਲ ਜਾਂਦੇ ਨੇ। ਪੜ੍ਹਨ ਲਿਖਣ ਵਾਲਿਆਂ ਨੂੰ ਪੜ੍ਹਨ ਲਿਖਣ ਵਾਲੇ ਮਿਲ ਜਾਂਦੇ ਨੇ, ਗਾਉਣ ਵਜਾਉਣ ਵਾਲਿਆਂ ਨੂੰ ਉਹੋ ਜਿਹੇ ਵਿਅਕਤੀ ਮਿਲ ਜਾਂਦੇ ਨੇ, ਮਿਊਜ਼ਿਕ ਵਾਲੇ ਜਿਹੜੇ ਸ਼ੌਕੀਨ ਨੇ ਉਹਨਾਂ ਨੂੰ ਮਿਊਜ਼ਿਕ ਵਾਲੇ ਮਿਲ ਜਾਂਦੇ ਨੇ, ਰੂਹ ਦੀ ਖੁਰਾਕ ਲੱਭ ਜਾਂਦੀ ਹੈ, ਰੂਹ ਦੀ ਖੁਰਾਕ ਉਹਨਾਂ ਸਾਰਿਆਂ ਨੂੰ ਇੱਥੇ ਹਰ ਵੇਲੇ ਮਤਲਬ ਹਰ ਜਗ੍ਹਾ ਉਪਲਬਧ ਆ ਇਹਨਾਂ ਮੁਲਕਾਂ ਦੇ ਵਿੱਚ। ਸਰਦਾਰ ਜਰਨੈਲ ਸਿੰਘ ਜੀ, ਪੰਜਾਬੀ ਭਾਈਚਾਰਾ ਇੱਥੇ ਵੱਡੀ ਗਿਣਤੀ ਦੇ ਵਿੱਚ ਵੱਸਦਾ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਤੇ ਇਹ ਇਹ ਪੂਰਾ ਪੰਜਾਬ ਹੀ ਦੇਖਣ ਨੂੰ ਲੱਗਦਾ ਸਾਰੇ ਪਾਸੋਂ। ਮੈਂ ਜਦੋਂ ਦੇਖ ਰਿਹਾ ਸੀਗਾ ਵੀ ਪੰਜਾਬੀਆਂ ਦੀ ਬੱਲੇ ਬੱਲੇ ਆ ਸਾਰੇ ਪਾਸੇ। ਸਰੀ ਨੂੰ ਤਾਂ ਮੈਂ ਇਹ ਕਹਿੰਦਾ ਹੁੰਦਾ ਵੀ ਇਹ ਕੈਨੇਡਾ ਦਾ ਕੈਨੇਡਾ ਆ ਅਤੇ ਚੰਡੀਗੜ੍ਹ ਦਾ ਚੰਡੀਗੜ੍ਹ ਅਤੇ ਜਲੰਧਰ ਦਾ ਜਲੰਧਰ, ਬਠਿੰਡੇ ਵਾਲਿਆਂ ਦਾ ਬਠਿੰਡਾ, ਬਠਿੰਡੇ ਵਾਲਿਆਂ ਦਾ ਮਾਨਸਾ ਵਾਲਿਆਂ ਦਾ ਮਾਨਸਾ। ਅਸਲ ਦੇ ਵਿੱਚ ਚਾਹੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਪਰ ਸਾਡੀ ਰੂਹ ਹੈ ਜਿਹੜੀ ਉਹ ਪੰਜਾਬ 'ਚ ਹੀ ਵੱਸਦੀ ਹੈ। ਹਾਂਜੀ, ਉਹ ਇਸ ਤਰ੍ਹਾਂ ਕਿ ਇੱਕ ਤਾਂ ਕਮਿਊਨੀਕੇਸ਼ਨ ਦਾ ਯੁੱਗ ਬਹੁਤ ਹੋ ਗਿਆ, ਇੰਨੀ ਤੇਜ਼ੀ ਨਾਲ ਹੋ ਗਿਆ, ਹੁਣ ਆਪਣੇ ਫੋਨ 'ਤੇ ਆਪਾਂ ਜਦੋਂ ਕਿਸੇ ਨੂੰ ਮਰਜ਼ੀ ਉੱਥੇ ਪੰਜਾਬ ਬੈਠੇ ਨੂੰ ਇੰਡੀਆ ਬੈਠੇ ਨੂੰ ਫੋਨ ਕਰ ਲਈਏ, ਵਟਸਐਪ 'ਤੇ ਹੀ ਕਾਲ ਹੋ ਜਾਂਦੀ ਹੈ। ਪਹਿਲਾਂ ਤਾਂ ਉੱਥੇ ਮੈਨੂੰ ਯਾਦ ਆ ਉੱਥੇ ਜਦੋਂ ਚੰਡੀਗੜ੍ਹ ਸੀ ਮੈਂ ਅਤੇ ਇੱਧਰ ਕਿਸੇ ਦੋਸਤ ਨੂੰ ਫੋਨ ਕਰਨਾ ਤਾਂ ਉੱਥੇ 17 ਸੈਕਟਰ ਜਾ ਕੇ ਪਹਿਲਾਂ ਕਾਲ ਬੁੱਕ ਕਰਾਉਣੀ ਪੈਂਦੀ, ਫਿਰ ਕਾਲ ਅਤੇ ਫਿਰ ਵੇਟ ਕਰਨਾ, ਫਿਰ ਜਦੋਂ ਇੱਧਰ ਕਾਲ ਮਿਲਣੀ ਫਿਰ ਇੰਨੀ ਔਰ ਇੰਨੀ ਉੱਚੀ ਉੱਚੀ ਤੁਹਾਨੂੰ ਬੋਲਣਾ ਪੈਂਦਾ ਸੀ ਵੀ ਸਾਰੇ ਉੱਥੇ ਬੈਠਿਆਂ ਨੂੰ ਸੁਣ ਜਾਂਦੀ ਸੀ ਵੀ ਤੁਹਾਡੀ ਗੱਲਬਾਤ ਕਰ ਰਹੇ। ਅਤੇ ਹੁਣ ਤਾਂ ਤੁਹਾਡੇ ਆ ਫੋਨ ਦੇ ਵਿੱਚ ਹੀ ਸਾਰੀ ਦੁਨੀਆ ਹੈ, ਕਮਿਊਨੀਕੇਸ਼ਨ ਦਾ ਸਾਧਨ, ਸੰਚਾਰ ਦੇ ਸਾਧਨ ਟੈਕਨੋਲੋਜੀ ਨੇ ਵਧਾ ਦਿੱਤੇ ਸੀ। ਹਾਂ, ਸਰਦਾਰ ਜਰਨੈਲ ਸਿੰਘ ਜੀ, ਇਹ ਜਿਹੜਾ ਤੁਸੀਂ ਤੁਹਾਡਾ ਜਿਵੇਂ ਤੁਸੀਂ ਦੱਸਿਆ ਵੀ ਸ਼ੌਂਕ ਸੀਗਾ, ਪਿਤਾ ਤੁਹਾਡੇ ਸਰਦਾਰ ਕਿਰਪਾਲ ਸਿੰਘ ਜੀ, ਹਾਂਜੀ, ਉੱਘੇ ਚਿੱਤਰਕਾਰ ਵਜੋਂ ਪੰਜਾਬ ਦੇ ਵਿੱਚ ਉਹਨਾਂ ਨੇ ਦੇਸ਼ ਵਿਦੇਸ਼ 'ਚ ਨਾਂ ਬਣਾਇਆ। ਮੈਂ ਤੁਹਾਡਾ ਦੇਖ ਰਿਹਾ ਸੀਗਾ, ਮੈਂ ਕਿਹਾ ਵੀ ਬਾਈ ਜੀ ਦਾ
ਤੁਹਾਡੇ ਬਾਰੇ ਸੁਣਦੇ ਬਹੁਤ ਸੀ ਅਤੇ ਤੁਹਾਡੀਆਂ ਤਸਵੀਰਾਂ ਨੂੰ ਪਿਆਰ ਬਹੁਤ ਕਰਦੇ ਸੀ, ਪਰ ਅੱਜ ਤੁਹਾਨੂੰ ਮਿਲ ਕੇ ਜਿਹੜਾ ਖੁਸ਼ੀ ਹੋ ਰਹੀ ਆ ਉਹਦਾ ਕੋਈ ਸ਼ਬਦਾਂ ਦੇ ਵਿੱਚ ਉਹ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਇਹ ਸਾਰਾ ਤੁਸੀਂ ਕਦੋਂ, ਜਿਵੇਂ ਮੈਂ ਪੜ੍ਹ ਰਿਹਾ ਸੀ 35 ਸਾਲ ਤੁਹਾਨੂੰ ਇਹਦੇ ਵਿੱਚ ਆਰਟ ਦੇ ਖੇਤਰ ਦੇ ਵਿੱਚ, ਤੁਸੀਂ ਇਹ ਪੇਂਟਿੰਗ, ਇਲਸਟ੍ਰੇਸ਼ਨ, ਡਿਜ਼ਾਇਨਿੰਗ, ਫੋਟੋਗ੍ਰਾਫੀ, ਆਰਟ, ਜਰਨਲਿਜ਼ਮ, ਇਹ ਸਾਡੇ ਜਰਨਲਿਜ਼ਮ ਤਾਂ ਸਾਡੀ ਫਿਰ ਪੱਤਰਕਾਰੀ ਵਾਲਾ ਵੀ ਵਿੱਚ ਆ ਜਾਂਦਾ ਨਾ, ਇਹ ਵੀ ਇੱਕ ਤਰ੍ਹਾਂ ਨਾਲ ਪੱਤਰਕਾਰੀ। ਹਾਂਜੀ, ਉਹਦੇ ਵਿੱਚ ਇਹ ਆ ਕਿ ਮੈਨੂੰ ਯਾਦ ਇੱਕ ਵਾਰੀ ਮੈਂ ਉੱਥੇ ਗਿਆ ਪੰਜਾਬੀ ਟ੍ਰਿਬਿਊਨ, ਅਤੇ ਉਹ ਗੁਰਭਜਨ ਸਿੰਘ ਭੁੱਲਰ ਐਡੀਟਰ ਸੀਗੇ ਉਹਦੇ ਜੀ, ਅਤੇ ਉਹਨਾਂ ਨੂੰ ਮਿਲਣ ਗਿਆ ਅਤੇ ਉਹ ਕਹਿੰਦੇ ਕੁਛ ਨਹੀਂ ਯਾਰ ਤੂੰ ਨਿਕੰਮਾ ਬੰਦਾ। ਮੈਂ ਕਿਹਾ ਵੀ ਕੀ ਗੱਲ ਹੋ ਗਈ? ਕਹਿੰਦੇ ਵੀ ਤੂੰ ਸਾਡੇ ਵਾਸਤੇ ਲਿਖਿਆ ਲੁਖਿਆ ਕਰ ਕੁਛ। ਮੈਂ ਕਿਹਾ ਚੱਲ ਠੀਕ ਹੈ, ਪਰ ਮੇਰੀਆਂ ਦੋ ਸ਼ਰਤਾਂ ਨੇ। ਹਾਂਜੀ। ਕਹਿੰਦੇ ਦੱਸ ਕੀ ਆ? ਮੈਂ ਕਿਹਾ ਵੀ ਮੈਂ ਇੱਕ ਅੱਧਾ ਆਰਟੀਕਲ ਨਹੀਂ ਲਿਖੂੰਗਾ, ਮੈਂ ਲਿਖੂੰਗਾ ਸੀਰੀਜ਼। ਅਤੇ ਉਹ ਕਹਿੰਦੇ ਠੀਕ ਹੈ, ਅਤੇ ਕਹਿੰਦੇ ਦੂਜੀ, ਅਤੇ ਦੂਜੀ ਮੈਂ ਕਿਹਾ ਵੀ ਉਹ ਛਪੂਗਾ ਐਤਵਾਰ ਵਾਲੇ ਜਿਹੜਾ ਮੈਗਜ਼ੀਨ ਸੈਕਸ਼ਨ ਹੁੰਦਾ ਉਹਦੇ ਵਿੱਚ ਛਪੂ ਅਤੇ ਰੰਗਦਾਰ ਛਪੂ। ਕਹਿੰਦੇ ਚੱਲ ਇਹ ਵੀ ਠੀਕ ਹੈ। ਉਦੋਂ ਫਿਰ ਮੈਂ, ਕਿਉਂਕਿ ਮੇਰਾ ਫੀਲਡ ਆਰਟ ਸੀਗਾ, ਉਹਦੇ ਫਿਰ ਮੈਂ ਉਹ ਸੀਰੀਜ਼ ਲਿਖੀ ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ ਅਤੇ ਸ਼ਾਹਕਾਰ ਜੀ, ਉਹ ਜਿਹੜੇ ਵਰਲਡ ਫੇਮਸ ਪੇਂਟਿੰਗ ਅਤੇ ਪੇਂਟਰਸ, ਉਹਦੇ 'ਚ ਜਿਸ ਤਰ੍ਹਾਂ ਹੁਣ ਮੋਨਾਲੀਜ਼ਾ ਦੀ ਪੇਂਟਿੰਗ ਆ, ਜਾਂ ਡੇਵਿਡ ਹੈਗਾ ਸਕਲਪਟਰ ਬਹੁਤ ਸ਼ਾਨਦਾਰ ਜਿਹਨੇ ਸਿਸਟਨ ਚੈਪਲ ਦੀ ਸੀਲਿੰਗ ਪੇਂਟ ਕੀਤੀ ਆ ਜੀ, ਉਹ ਸਾਡੇ ਰਾਜਾ ਰਵੀ ਵਰਮਾ, ਉਹਨਾਂ ਆਰਟਿਸਟਾਂ ਬਾਰੇ ਫਿਰ ਸੀਰੀ ਲਿਖੀ ਔਰ ਉਹਦੀ ਕਿਤਾਬ ਫਿਰ ਲੋਕ ਗੀਤ ਪ੍ਰਕਾਸ਼ਨ ਵਾਲਿਆਂ ਨੇ ਛਾਪੀ, ਔਰ ਬਹੁਤ ਮਤਲਬ ਉਹਨਾਂ ਲੇਖਾਂ ਬਾਰੇ ਚਿੱਠੀਆਂ ਵਗੈਰਾ ਵੀ ਅਖਬਾਰਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਸੀ। ਅਤੇ ਇੱਥੇ ਆ ਕੇ ਵੀ ਮੈਂ ਪੰਜਾਬੀ ਟ੍ਰਿਬਿਊਨ ਅਖਬਾਰ, ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਪੰਜਾਬੀ ਦਾ, ਉਹਦੇ ਨਾਲ ਜੁੜਿਆ ਰਿਹਾ, ਉਹਦੇ ਵਿੱਚ ਵੀ ਲਿਖਦੇ ਰਹੇ, ਐਡੀਟੋਰੀਅਲ ਐਡੀਟਰ ਵੀ ਰਿਹਾ ਮੈਂ। ਅਤੇ ਸੋ ਇਸ ਤਰ੍ਹਾਂ ਪੱਤਰਕਾਰੀ ਦੇ ਨਾਲ ਵੀ ਤੁਸੀਂ? ਹਾਂਜੀ, ਪੰਜਾਬੀ ਪ੍ਰੈਸ ਕਲੱਬ ਜਿਹੜਾ ਹੈਗਾ BC ਦਾ, ਹਾਂਜੀ, ਉਹਦੇ ਮੈਂ ਫਾਊਂਡਰ ਦੇ ਮੋਢੀਆਂ ਵਿੱਚੋਂ ਹੈਗਾ। ਓਕੇ ਜੀ, ਓਕੇ। ਹਾਂਜੀ, ਅਤੇ ਅੱਜ ਕੱਲ੍ਹ ਉਹਦੀ ਮੇਰੀ ਪਿਛਲੀ ਐਤਕੀ ਦੇ ਉਹਨਾਂ ਨੇ ਮੈਨੂੰ ਜਨਰਲ ਸਕੱਤਰੀ ਦੀ ਸੇਵਾ ਫਿਰ ਸੌਂਪ ਦਿੱਤੀ। ਓਕੇ, ਓਕੇ। ਮਤਲਬ ਤੁਸੀਂ ਇਸ, ਇਹ ਵੀ ਵੱਡਾ ਮਾਣ ਹੈ ਸਾਡੇ ਪੰਜਾਬੀ ਪੱਤਰਕਾਰੀ ਦੇ ਲਈ ਵੀ, ਸਾਡੇ ਪੰਜਾਬੀਆਂ ਦੇ ਲਈ, ਕਿ ਤੁਸੀਂ ਇੱਥੇ ਇਸ ਦੇਸ਼ ਦੇ ਵਿੱਚ ਨਿਵਾਣਾ ਖੱਟ ਰਹੇ ਹੋ, ਪੱਤਰਕਾਰੀ ਦੇ ਝੰਡੇ ਵੀ ਬੁਲੰਦ ਕਰ ਰਹੇ ਹੋ ਨਾਲ ਦੀ ਨਾਲ। ਪਰ ਜਿਹੜੀਆਂ ਤੁਹਾਡੀਆਂ ਇਹ ਕਲਮਾਂ ਨੇ, ਇਹਨਾਂ ਦਾ ਬਾ ਕਮਾਲ ਨੇ ਜੀ ਇਹਨਾਂ ਦੇ। ਇੱਥੋਂ ਇਹ ਜਿਹੜਾ ਸਰਕਾਰਾਂ ਨੇ ਕਦੇ ਕੁਛ ਤੁਹਾਡੇ ਕੰਮ ਨੂੰ ਰਿਕੋਗਨਾਈਜ਼ ਕੀਤਾ ਜੀ? ਹਾਂਜੀ, ਸਰਕਾਰਾਂ ਨੇ ਰਿਕੋਗਨਾਈਜ਼ ਕੀਤਾ ਇੱਥੇ, ਮਤਲਬ ਮੈਨੂੰ BC ਦੇ ਵਿੱਚ ਜਿਹੜੇ 100 ਇੱਥੇ ਸਾਡੇ ਅਖਬਾਰ ਹੈਗਾ ਵੈਨਕੂਵਰ ਸਨ, ਉਹਨੇ ਇੱਕ ਵਾਰੀ 100 ਪ੍ਰੋਮੀਨੈਂਟ ਪੰਜਾਬੀ ਜਿਹੜੇ ਉਹ ਸਿਲੈਕਟ ਕੀਤੇ ਸੀ, ਉਸ ਲਿਸਟ 100 ਦੇ ਵਿੱਚ ਮੇਰਾ ਵੀ ਨਾਂ ਸੀਗਾ ਜੀ। ਔਰ ਉਸ ਤੋਂ ਬਾਅਦ ਸਰੀ ਸਿਟੀ ਨੇ ਜਿਹੜੇ ਪਹਿਲੇ ਸਿਵਿਕ ਟ੍ਰੇਅਰ, ਹਾਂਜੀ, ਲਾਈਫ ਟਾਈਮ ਅਚੀਵਮੈਂਟ ਅਵਾਰਡ ਆ, ਉਹ ਚੁਣਿਆ। ਉਹਨਾਂ 13 ਵਿਅਕਤੀਆਂ ਦੇ ਵਿੱਚ ਵੀ ਮੈਂ ਸ਼ਾਮਿਲ ਸੀ। ਮਤਲਬ ਬਹੁਤ ਪਿਆਰ ਅਤੇ ਸਤਿਕਾਰ ਲੋਕਾਂ ਨੇ ਇੱਥੋਂ ਮਿਲਿਆ, ਮੈਂ ਤਾਂ ਬਹੁਤ ਆਪਣੇ ਆਪ ਨੂੰ ਧੰਨਭਾਗਾ ਸਮਝਦਾ। ਕਦੇ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਨੇ ਜਾਂ ਹਿੰਦੁਸਤਾਨ ਦੀਆਂ ਸਾਡੀਆਂ ਸਰਕਾਰਾਂ ਨੇ ਕਦੇ ਤੁਹਾਡੀ, ਉਹਨਾਂ ਦੀ ਅੱਖ ਤੁਹਾਡੀਆਂ ਇੰਨੀਆਂ ਇਤਿਹਾਸਿਕ ਤਸਵੀਰਾਂ ਦੇ ਉੱਤੇ ਪਈ ਕਿਹਦੇ ਕਲਮ 'ਤੇ? ਹਾਂਜੀ, ਉੱਥੇ ਇਸ ਤਰ੍ਹਾਂ ਕਿ ਸਰਕਾਰ ਵੱਲੋਂ ਤਾਂ ਨਹੀਂ, ਪਰ ਜਿਹੜੀਆਂ ਉੱਥੇ ਸੰਸਥਾਵਾਂ ਜਿਵੇਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਆ, ਜਾਂ ਮਤਲਬ ਸਭ ਪੰਜਾਬੀ ਸੱਤ ਲਾਂਬੜਾ ਆ, ਜਿਹੜੇ ਟਾਈਮ ਟੂ ਟਾਈਮ ਜਿਹੜੇ
ਕੋਈ ਬੰਦੇ ਕੰਮ ਕਰਦੇ ਨੇ ਉਹ ਸਮਝਦੇ ਵੀ ਇਹਨਾਂ ਨੇ ਕੋਈ ਯੋਗ ਕੰਮ ਕੀਤਾ, ਉਹਨਾਂ ਵੱਲੋਂ ਮੈਨੂੰ ਸਨਮਾਨਿਤ ਕੀਤਾ ਜਾਵੇਗਾ। ਹੋਰ ਸਾਹਿਤ ਸਭਾਵਾਂ ਹੋਰ ਤਾਂ ਬਹੁਤ ਮਤਲਬ ਤੋਂ ਤਾਂ ਕਰਦੀਆਂ ਨੇ, ਪਰ ਸਰਕਾਰਾਂ ਦੀ ਅੱਖ ਨਹੀਂ ਪਈ। ਮਤਲਬ ਤੁਸੀਂ ਇਹ ਦੇਖੋ ਜੀ, ਮਤਲਬ ਅਵਾਰਡ ਜਦੋਂ ਮਿਲਦੇ ਨੇ ਬੜੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਤੁਹਾਡੀਆਂ ਪੇਂਟਿੰਗਾਂ ਦੇਖ ਕੇ ਮੈਨੂੰ ਲੱਗਦਾ ਕਿ ਇਸ ਟਾਈਮ ਸਾਡੇ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਆਇਆ, ਲੋਕਾਂ ਨੇ ਬਦਲਾਅ ਕੀਤਾ, 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ, ਅਤੇ ਇੱਕ ਜਿਹੜੇ ਕਹਿੰਦੇ ਆ ਵੀ ਕਲਾਕਾਰ ਦੇ ਤੌਰ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਿਲਕੁਲ ਬਿਲਕੁਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ, ਉਹਨਾਂ ਨੂੰ ਤਾਂ ਕਲਾਕਾਰ ਦੀ ਬੜੀ ਦੂਰੋਂ ਅੱਖ ਪਛਾਣ ਲੈਂਦੇ ਨੇ, ਅਤੇ ਅੱਜ ਉਹ ਖੁਦ ਕੁਰਸੀ 'ਤੇ ਬੈਠੇ ਨੇ, ਕਿਤੇ ਨਾ ਕਿਤੇ ਅੱਖ ਉਹਨਾਂ ਦੀ ਕਿਸੇ ਪਾਸੇ। ਜਿਹੜੇ ਇਹ ਘੱਟੋ ਘੱਟ ਜਿਹੜਾ ਸਿਸਟਮ ਨੂੰ ਸਾਡੇ ਸੁਧਾਰਨ ਦੀ ਗੱਲ ਇਹ ਨਹੀਂ ਹੁੰਦੀ ਕਿਤੇ ਅਵਾੜਾਂ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ, ਜਾਂ ਤੁਹਾਡੇ ਤੁਸੀਂ ਤਾਂ ਪਹਿਲੇ ਹੀ ਐਡੇ ਐਡੇ ਅਵਾਰਡ ਤੁਹਾਨੂੰ ਤਾਂ ਦੇਣ ਦੀ, ਤੁਸੀਂ ਤਾਂ ਖੁਦ ਹੀ ਅਵਾਰਡ ਇਹਨਾਂ ਨੂੰ ਦੇ ਸਕਦੇ। ਗੱਲ ਤਾਂ ਇਹ ਆ ਵੀ ਸਰਕਾਰਾਂ ਦੇ ਵਿੱਚ ਇੱਕ ਇਹੋ ਜਿਹਾ ਸਿਸਟਮ ਬਣਨਾ ਚਾਹੀਦਾ ਸਾਡੇ ਸੱਭਿਆਚਾਰ ਸੰਭਾਲਣ ਵਾਲੇ, ਬਿਲਕੁਲ ਸਾਡੇ ਇਤਿਹਾਸ ਨੂੰ ਸੰਭਾਲਣ ਵਾਲੇ ਲੋਕ ਨੇ ਜਿਹੜੇ ਉਹ ਸਾਹਮਣੇ ਆਉਣੇ ਚਾਹੀਦੇ ਨੇ, ਰਿਕੋਗਨਾਈਜ਼ ਹੋਣੇ ਚਾਹੀਦੇ ਨੇ। ਸਰਕਾਰਾਂ ਨੂੰ ਇਸ ਮੈਰਿਟ ਦੇ ਉੱਤੇ ਕੰਮ ਕਰਨਾ ਚਾਹੀਦਾ, ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇ ਜ਼ਰੂਰ ਇਹ ਇੰਟਰਵਿਊ ਨੂੰ ਸੁਣਨਗੇ ਤਾਂ ਸ਼ਾਇਦ ਜੇ ਉਹ ਜਸਟਿਸ ਕਰਨ ਦੀ ਗੱਲ ਦਾ ਦਾਅਵਾ ਕਰਦੇ ਨੇ ਤਾਂ ਦੇਖਦੇ ਹਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਹੰਗਾਰਾ ਇਹ ਸਾਡੇ ਸੱਭਿਆਚਾਰ ਵੱਲ ਜਾਂ ਸਾਡੇ ਵਿਰਸੇ ਨੂੰ ਵੱਲ ਰਹਿੰਦਾ। ਸਰਦਾਰ ਜਰਨੈਲ ਸਿੰਘ ਜੀ, ਪੰਜਾਬ ਤੋਂ ਤੁਹਾਡਾ ਜਿਹੜਾ ਪਿਛੋਕੜ ਹੈ ਇਹ ਕਿੱਥੋਂ ਦਾ ਜੀ, ਅਤੇ ਕਦੋਂ ਤੁਸੀਂ, ਕਿਉਂਕਿ ਪੁਰਾਣਾ ਕਾ ਮੈਂ ਦੇਖ ਰਿਹਾ ਵੀ ਕਾਮਾਗਾਟਾ ਮਾਰੂ 1914 ਹੈ ਨਾ ਜੀ, ਇਹਦੇ ਬਾਰੇ ਵੀ ਇਹਦੇ ਵਿੱਚ ਤੁਹਾਡੇ ਉਹਦੇ ਵਿੱਚ ਜ਼ਿਕਰ ਹੈਗਾ, ਅਤੇ ਆਹ ਵੀ ਜਰਨੈਲ ਸਿੰਘ ਰਿਸੀਵਿੰਗ ਸਰੀ ਸਿਵਿਕ ਟ੍ਰੈਜਰੀ ਹੋਨਰ ਫਰੋਮ ਸਰੀ ਮੇਅਰ, ਸਰੀ ਦੇ ਮੇਅਰ ਜਿਹੜੇ ਕਿ 2008 ਦੇ ਵਿੱਚ ਡਾਇਨਾ ਵਾਟਸ ਹੈ ਨਾ, ਹਾਂਜੀ ਡਾਇਨਾ ਵਾਟਸ, ਇਹਨਾਂ ਨੇ ਵੀ ਸਨਮਾਨਿਤ ਇਹਨਾਂ ਨੂੰ ਕੀਤਾ ਹੋਇਆ। ਇਸੇ ਤਰ੍ਹਾਂ ਹੋਰ ਜਿਵੇਂ ਇਹਨਾਂ ਬਾਰੇ ਮੈਂ ਤੁਹਾਨੂੰ, ਮੈਂ ਜੇ ਤਿਆਰੀ ਜੀ ਕਰਕੇ ਆਉਂਦਾ ਫਿਰ ਤਾਂ ਗੱਲ ਕੁਛ ਹੋਰ ਸੀ, ਪਰ ਮੇਰੀ ਜੋ ਵੀ ਮੈਨੂੰ ਇੱਥੇ ਆ ਪਹੁੰਚਿਆ ਅਤੇ ਮੈਨੂੰ ਪਤਾ ਲੱਗਿਆ ਤਾਂ ਮੈਂ ਕਿਹਾ ਮੇਰੇ ਇੱਥੋਂ ਰਿਹਾ ਨਹੀਂ ਗਿਆ ਵੀ ਆਪਾਂ ਜਾ ਕੇ ਫਟਾਫਟ ਹੀ ਇੰਟਰਵਿਊ ਕਰੀਏ, ਮਿਲੀਏ ਉਹਨਾਂ ਨੂੰ, ਹੈ ਨਾ, ਇੱਕ ਰੂਹ ਦੀ ਖਿੱਚ ਜੀ ਹੁੰਦੀ ਹੈ, ਸਮੇਂ ਦੀਆਂ ਘੜੀਆਂ ਸ਼ਾਇਦ ਇਜਾਜ਼ਤ ਘੱਟ ਦਿੰਦੀਆਂ ਨੇ। ਇਹ ਤੁਸੀਂ ਕੈਨੇਡਾ ਫਿਰ ਕਿਹੜੇ ਸਨ 'ਚ ਆ ਗਏ ਸੀਗੇ ਜੀ, ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ? ਹਾਂਜੀ ਮੈਂ ਉੱਥੇ ਚੰਡੀਗੜ੍ਹ ਤੋਂ ਪੜ੍ਹਿਆ, ਪੰਜਾਬ ਯੂਨੀਵਰਸਿਟੀ ਤੋਂ ਮੈਂ ਕੀਤੀ ਗ੍ਰੈਜੂਏਸ਼ਨ, ਅਤੇ ਇੱਥੇ ਮੈਂ 95 'ਚ ਪਹਿਲੀ ਵਾਰੀ ਆਇਆ ਸੀ ਐਜ਼ ਅ ਵਿਜ਼ਟਰ ਜੀ, 95 ਦੇ ਵਿੱਚ, ਅਤੇ ਫਿਰ ਉਸ ਤੋਂ ਬਾਅਦ ਫਿਰ ਪੱਕੇ ਤੌਰ 'ਤੇ 2000 ਦੇ ਵਿੱਚ ਮੈਂ ਇੱਥੇ ਆ ਗਿਆ ਸੀ। ਠੀਕ ਹੈ ਜੀ, 2000 ਅੱਜ ਤੋਂ ਹੁਣ ਹੋ ਗਏ ਸਾਲ, 24 ਸਾਲ, 23 ਸਾਲ ਹੋ ਗਏ। ਇਹਦੇ ਵਿੱਚ ਦੇਖ ਰਿਹਾ ਸੀਗਾ ਤੁਹਾਡੇ ਬਾਰੇ, ਹੈ ਨਾ, ਮੈਨੂੰ ਲੱਗਿਆ ਕਿ ਆਹ ਦੇਖੋ ਤੁਸੀਂ ਲਿਖਿਆ ਹੋਇਆ ਆ ਇਮੀਗ੍ਰੈਂਟਡ ਫਰੋਮ ਇੰਡੀਆ, ਤੁਸੀਂ 2000 ਦੇ ਵਿੱਚ ਇੱਥੇ ਆਏ, ਨਾਓ ਰੈਜੀਡੈਂਸ ਇਨ ਸਰੀ ਵੇਅਰ ਹੀ ਹੈਜ਼ ਬੀਕਮ ਐਕਟਿਵਲੀ ਇਨਵੋਲਵਡ ਇਨ ਲੋਕਲ ਆਰਟਸ ਕਮਿਊਨਿਟੀ, ਪੰਜਾਬੀ ਕਮਿਊਨਿਟੀ ਦੇ ਲਈ ਤੁਸੀਂ ਇੱਥੇ ਕੰਮ ਕੀਤਾ, ਅਤੇ ਤੁਹਾਡੇ ਫਾਦਰ ਸਰਦਾਰ ਕਿਰਪਾਲ ਸਿੰਘ ਜੀ ਪੰਜਾਬ ਦੇ ਦੇਸ਼ ਦੁਨੀਆ ਦੇ ਉੱਘੇ ਜਿਹੜੇ ਚਿੱਤਰਕਾਰ ਆਰਟਿਸਟ ਦੇ ਵਜੋਂ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ ਪੰਜਾਬ ਦੇ ਵਿੱਚ, ਫਸਟ ਇੰਟਰੋਡਿਊਸ ਹਿਮ ਟੂ ਆਰਟ ਫਰੋਮ ਤੁਹਾਡੇ, ਇਹ ਤੁਹਾਡਾ ਸਾਰਾ ਇਹਦੇ ਵਿੱਚ ਮੈਂ ਬਾਇਓਡਾਟਾ, ਮੈਨੂੰ ਥੋੜ੍ਹੀ ਜਿਹੀ ਕੈਮਰਾਮੈਨ ਨੇ ਕਹਿਣਾ ਕਿ ਬਾਈ ਜੀ ਤਾਂ ਬਾਇਓਡਾਟਾ ਹੀ ਪੜ੍ਹਨ ਲੱਗ ਗਏ, ਤਿਆਰੀ ਤਿਉਰੀ ਕਿਹੜੀ ਕਰਕੇ ਆਏ ਨੇ। ਇਸੇ ਤਰ੍ਹਾਂ ਤੁਸੀਂ ਜਿਹੜਾ ਚੰਡੀਗੜ੍ਹ ਦੇ ਨਾਲ ਤੁਹਾਡਾ ਰਾਬਤਾ ਰਿਸ਼ਤਾ ਰਿਹਾ, ਉਹ ਕਦੋਂ ਦਾ ਰਿਹਾ ਜੀ, ਕਿੰਨਾ ਕੁ? ਚੰਡੀਗੜ੍ਹ ਦਾ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ 1956 ਦੇ ਵਿੱਚ ਪਿਤਾ ਜੀ ਉੱਥੇ ਦਰਬਾਰ ਸਾਹਿਬ ਅਜਾਇਬ ਘਰ 'ਚ ਐਜ਼ ਆਰਟਿਸਟ
ਗਏ ਅਤੇ ਉੱਥੇ ਫਿਰ 1966-62 ਤੱਕ ਰਹੇ ਉੱਥੇ। 1950 'ਚ ਗਏ? 1956 'ਚ ਗਏ ਅਤੇ 62 ਤੱਕ ਉੱਥੇ ਰਹੇ, ਅਤੇ ਉਸ ਤੋਂ ਬਾਅਦ ਫਿਰ 62 ਤੋਂ 66 ਤੱਕ ਉਹ ਰਹੇ ਦਿੱਲੀ। ਦਿੱਲੀ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅਜਾਇਬ ਘਰ ਹੈ, ਸਰਦਾਰ ਬਘੇਲ ਸਿੰਘ ਅਜਾਇਬ ਘਰ, ਹਾਂਜੀ, ਉੱਥੇ ਉਹ ਪੇਂਟਿੰਗ ਉਹਨਾਂ ਨੇ ਬਣਾਈਆਂ। ਓਕੇ, ਹਾਂਜੀ। ਅਤੇ 1966 ਦੇ ਵਿੱਚ ਉਹਨਾਂ ਦਾ ਸੰਪਰਕ ਡਾਕਟਰ ਮਹਿੰਦਰ ਸਿੰਘ ਰੰਧਾਵਾ, ਜਿਹੜੇ ਉਦੋਂ ਵਾਈਸ ਚਾਂਸਲਰ ਸੀਗੇ, ਜਿਹੜੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜੀ, ਉਹ ਦਿੱਲੀ ਹੁੰਦੇ ਸੀ ਜੀ, ਡਾਇਰੈਕਟਰ ਪੂਸਾ ਇੰਸਟੀਚਿਊਟ ਦੇ। ਅਤੇ ਉਦੋਂ ਬਾਅਦ ਫਿਰ ਚੀਫ ਕਮਿਸ਼ਨਰ ਬਣ ਕੇ 1966 ਦੇ ਵਿੱਚ ਉਹ ਚੰਡੀਗੜ੍ਹ ਆ ਗਏ ਜੀ। ਅਤੇ 1966 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ 300 ਸਾਲਾ ਸ਼ਤਾਬਦੀ ਸੀਗੀ, ਅਤੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨੇ ਗੁਰੂ ਸਾਹਿਬ ਦੇ ਜੀਵਨ ਦੀਆਂ ਪੇਂਟਿੰਗਸ ਬਣਵਾਈਆਂ, ਅਤੇ ਉਹ ਦਿੱਲੀ ਤੋਂ ਪਟਿਆਲੇ ਦੇਣ ਆਏ ਪਿਤਾ ਇਹ ਜਿਹੜੀਆਂ ਪੇਂਟਿੰਗਾਂ ਅੱਜ ਕੱਲ੍ਹ ਉਹ ਗੁਰੂ ਗੋਬਿੰਦ ਸਿੰਘ ਭਵਨ ਦੇ ਵਿੱਚ ਲੱਗੀਆਂ ਹੋਈਆਂ ਨੇ ਜੀ। ਅਤੇ ਰੰਧਾਵਾ ਸਾਹਿਬ ਉਦੋਂ ਇੱਥੇ ਚੀਫ ਕਮਿਸ਼ਨਰ ਬਣ ਕੇ ਆਏ ਸੀਗੇ ਚੰਡੀਗੜ੍ਹ, ਚੰਡੀਗੜ੍ਹ ਦੇ ਵਿੱਚ ਕਾਫ਼ੀ ਉਹਨਾਂ ਨੇ ਕੰਮ ਕੀਤਾ। ਹਾਂ, ਪਿਤਾ ਜੀ ਨੇ ਸੋਚਿਆ ਵੀ ਹੁਣ ਮੈਂ ਪਟਿਆਲੇ ਤਾਂ ਆਇਆ ਹੀ ਹੋਣਾ, ਚੱਲ ਚੰਡੀਗੜ੍ਹ ਰੰਧਾਵਾ ਸਾਹਿਬ ਨੂੰ ਮਿਲ ਚੱਲੀਏ। ਠੀਕ ਹੈ। ਅਤੇ ਉਹ ਫਿਰ ਰੰਧਾਵਾ ਸਾਹਿਬ ਨੂੰ ਉੱਤੇ ਮਿਲੇ ਚੰਡੀਗੜ੍ਹ, ਅਤੇ ਉਹ ਰੰਧਾਵਾ ਸਾਹਿਬ ਕਿਉਂ ਪਿਤਾ ਜੀ ਦੇ ਬਹੁਤ ਪ੍ਰਸ਼ੰਸਕ ਸੀਗੇ ਜੀ, ਅਤੇ ਉਹ ਕਹਿੰਦੇ ਵੀ ਕਿਰਪਾਲ ਸਿੰਘ ਮੈਂ ਇੱਥੇ ਆ ਗਿਆ ਹੁਣ ਚੰਡੀਗੜ੍ਹ, ਅਤੇ ਤੂੰ ਵੀ ਚੰਡੀਗੜ੍ਹ ਹੀ ਆ ਗਿਆ। ਅੱਛਾ ਜੀ। ਅਤੇ ਉਹ ਫਿਰ ਚਲੋ 1966 ਤੋਂ ਫਿਰ ਅਸੀਂ ਉੱਥੇ ਚੰਡੀਗੜ੍ਹ ਰਹੇ, ਅਤੇ 66 ਤੋਂ ਫਿਰ ਸਮਝੋ 2000 ਦੇ ਵਿੱਚ ਮੈਂ ਇੱਥੇ ਆ ਗਿਆ। ਲੰਬਾ ਸਮਾਂ ਤੁਹਾਡਾ ਚੰਡੀਗੜ੍ਹ ਦੇ ਨਾਲ ਰਾਬਤਾ ਰਿਹਾ। ਪੰਜਾਬ ਦੀ ਜਿਹੜੀ ਤੁਹਾਡੇ ਇਹ ਰੂਹ ਅੰਦਰ ਵੱਸਦੀ ਹੈ, ਦੇਖੋ ਤੁਸੀਂ ਲੱਭ, ਤੁਸੀਂ ਚੰਡੀਗੜ੍ਹ ਵੀ ਪੰਜਾਬ ਦਾ ਹੀ ਹੈ ਸਾਡਾ, ਹੁਣ ਕਹਿੰਦੇ ਆ ਵੀ ਉਹ ਪੱਥਰਾਂ ਦਾ ਸ਼ਹਿਰ ਦੇ ਉੱਤੇ ਕਈ ਅੱਖਾਂ ਕਬਜ਼ਾ ਕਰਨ ਨੂੰ ਫਿਰਦੀਆਂ ਨੇ, ਪਰ ਪੰਜਾਬ ਦਾ ਹੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ, ਪੰਜਾਬੀ ਉੱਥੇ ਵੱਸਦੀ ਹੈ। ਕਮਾਲ ਦੀਆਂ ਨੇ ਜੀ, ਮਤਲਬ ਤੁਸੀਂ, ਮੈਂ ਤਾਂ ਕਹਿੰਦਾ ਵੀ ਇਸ ਦੇਸ਼ ਦੇ ਲਈ, ਕੈਨੇਡਾ ਦੇ ਲਈ ਸਾਡੇ ਪੰਜਾਬੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਇੱਕ ਇਹ ਦੱਸੋ ਸਰਦਾਰ ਸਾਹਿਬ, ਇੱਥੋਂ ਦੇ ਜਿਹੜੇ ਬੱਚੇ ਨੇ ਕੈਨੇਡਾ ਦੇ, ਇਹ ਕਿੰਨੇ ਕੁ ਪੰਜਾਬੀ ਦੇ ਲਈ, ਪੰਜਾਬੀ ਜਵਾਨ ਦੇ ਲਈ ਜਾਂ ਇੱਥੋਂ ਦੇ ਮਾਪੇ, ਉਹਨਾਂ ਨੂੰ ਕਿੰਨਾ ਕੁ ਇਸ ਵਿਰਸੇ ਵੱਲ, ਇਸ ਸਾਡੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਨੇ, ਕਿੰਨਾ ਕੁ ਇਹਨਾਂ 'ਚ ਜਾਂ ਉਹਨਾਂ ਦੇ ਪੀੜ੍ਹੀਆਂ ਦੇ ਵਿੱਚ ਹੁਣ ਕੋਈ ਬਦਲਾਅ ਆ ਗਿਆ? ਇਹਦੇ 'ਚ ਇਸ ਤਰ੍ਹਾਂ ਹੈ ਕਿ ਜਿੰਨੇ ਕਿ ਜਿਹੜੇ ਪਰਿਵਾਰ ਇਸ ਗੱਲ ਬਾਰੇ ਸੁਚੇਤ ਨੇ ਬਈ ਆਪਣੇ ਪੰਜਾਬੀ ਜ਼ੁਬਾਨ ਅਤੇ ਵਿਰਸੇ ਨੂੰ ਬੱਚਿਆਂ ਤੱਕ ਪਹੁੰਚਾਉਣਾ ਹੈ, ਉਹ ਤਾਂ ਸੁਚੇਤ ਪੱਧਰ 'ਤੇ ਯਤਨ ਕਰਦੇ ਨੇ। ਜਿਸ ਤਰ੍ਹਾਂ ਇੱਥੇ ਹੁਣ ਸਾਡੇ ਪੰਜਾਬੀ ਸਿੱਖਣ ਵੀ ਆਉਂਦੇ ਨੇ, ਸਾਡੇ ਦੋਸਤ ਨੇ ਗੁਰਦੀਪ ਭੁੱਲਰ, ਉਹ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਦੇ ਨੇ, ਪੰਜਾਬੀ ਦੀਆਂ ਕਲਾਸਾਂ ਵੀ ਇੱਥੇ ਲਗਾਉਂਦੇ ਰਹੇ ਹਾਂ ਅਸੀਂ, ਔਰ ਫਿਰ ਨਾਲ ਜਿਹੜਾ ਸਾਡਾ ਸੱਭਿਆਚਾਰ ਆ, ਗਿੱਧਾ ਭੰਗੜਾ, ਉਹਦੀ ਵੀ ਸੁਚੇਤ ਪੱਧਰ 'ਤੇ ਸਿਖਲਾਈ ਦਿੰਦੇ ਹਾਂ, ਅਤੇ ਮਤਲਬ ਲੋਕ ਇਸ ਗੱਲ ਬਾਰੇ ਕਾਫ਼ੀ ਸੁਚੇਤ ਤੌਰ 'ਤੇ ਯਤਨ ਕਰਦੇ ਨੇ, ਉਹ ਆਪਣੀ ਆਪਣੀ ਪੀੜ੍ਹੀ ਨੂੰ ਇਸ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਣਾ ਚਾਹੁੰਦੇ ਨੇ। ਇਹ ਇਸ ਸਾਰੇ ਸੰਦਰਭ ਦੇ ਵਿੱਚ ਜਦੋਂ ਤੁਸੀਂ ਇਹ ਇੱਥੇ ਆ ਕੇ ਜਿਹੜੀ ਆਰਟ ਗੈਲਰੀ ਹੈ ਸਰਦਾਰ ਜਰਨੈਲ ਸਿੰਘ ਦੇ ਤੁਹਾਡੇ ਨਾਮ ਦੇ ਉੱਤੇ ਹੀ ਇਹ ਆਰਟ ਗੈਲਰੀ ਦਾ ਜਿਹੜਾ ਸੁਪਨਾ ਸੀ, ਇਹ ਕਿੱਥੋਂ ਪੈਦਾ ਹੋਇਆ ਜੀ, ਕਿਵੇਂ ਇਹਦੇ ਬਾਰੇ? ਹਾਂਜੀ, ਇਹਦਾ ਸੁਪਨਾ ਇਸ ਤਰ੍ਹਾਂ ਹੋਇਆ ਕਿ ਜਦੋਂ ਇੱਥੇ ਆਉਂਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਬੇਸਮੈਂਟ ਤੋਂ ਸ਼ੁਰੂ ਕਰੀਦਾ ਆਪਾਂ। ਹਾਂ, ਬੇਸਮੈਂਟ ਤੋਂ ਹੀ ਰਹਿ ਕੇ ਰਹਿੰਦੇ ਹਾਂ। ਹਾਂਜੀ ਹਾਂਜੀ। ਅਤੇ ਬੇਸਮੈਂਟ ਦੇ ਵਿੱਚ ਫਿਰ ਮੈਂ ਤਾਂ ਬੇਸਮੈਂਟ 'ਚ ਸ਼ੁਰੂ ਕੀਤਾ ਜੀ,
ਨਹੀਂ, ਇਹ ਸਾਰੇ ਇਸ ਦੌਰ ਦੇ ਵਿੱਚੋਂ ਲੰਘਣਾ ਪੈਂਦਾ, ਅਨਲੈਸ ਕਿ ਤੁਹਾਡੇ ਕੋਈ ਰਿਲੇਟਿਵ ਹੋਣ ਜਾਂ ਪਰਿਵਾਰਕ ਮੈਂਬਰ ਹੋ। ਅਤੇ ਉਹ ਫਿਰ ਬੇਸਮੈਂਟ ਦੇ ਵਿੱਚ ਥੋੜ੍ਹੇ ਚਿਰ ਰਹੇ, ਫਿਰ ਉੱਥੇ ਕੰਮ ਕੁੰਮ ਵੀ ਮੈਂ ਕਾਫੀ ਉੱਥੇ ਵੱਡੇ ਪ੍ਰੋਜੈਕਟ ਕੀਤੇ 2-3। ਅਤੇ ਫਿਰ ਸਾਨੂੰ ਇਹ ਲੱਗਿਆ ਬਈ ਹੁਣ ਆਪਣੀ ਇੱਥੋਂ ਜਗ੍ਹਾ ਆਰਟ ਗੈਲਰੀ ਵਗੈਰਾ ਬਣਾਉਣੀ ਚਾਹੀਦੀ ਆ। ਫਿਰ ਉਹ ਮੇਰੇ ਦੋਸਤ ਸੀ ਗੁਰਦੀਪ ਭੁੱਲਰ, ਉਹ ਵੀ ਇਸ ਲਾਈਨ ਦੇ ਵਿੱਚ ਮਿਊਜ਼ਿਕ ਡਾਂਸ ਇਸ ਫੀਲਡ 'ਤੇ, ਅਤੇ ਫਿਰ ਅਸੀਂ 2000 ਦੇ ਵਿੱਚ ਇਹ ਜਗ੍ਹਾ ਲੈ ਲਈ ਸੀਗੀ ਜੀ। ਅਤੇ ਇੱਥੇ ਉਦੋਂ ਤੋਂ ਹੀ ਫਿਰ ਮਤਲਬ ਪੇਂਟਿੰਗ ਕਲਾਸਾਂ, ਡਾਂਸ ਕਲਾਸਾਂ, ਆਰਟ ਕਲਾਸ, ਪੰਜਾਬੀ ਕਲਾਸਾਂ ਲਗਾਤਾਰ ਮਤਲਬ ਚੱਲਦੀਆਂ ਰਹੀਆਂ। ਔਰ ਮਤਲਬ ਬੜਾ ਵਧੀਆ ਲੋਕਾਂ ਵੱਲੋਂ ਹੁੰਗਾਰਾ ਮਿਲ ਮਿਲ ਰਿਹਾ। ਰਿਹਾ। ਕਦੇ ਕੋਈ ਇਸ ਧਰਤੀ ਉਸ ਆਪਣੇ ਪੰਜਾਬ ਨੂੰ ਛੱਡ ਕੇ ਇਸ ਧਰਤੀ 'ਤੇ ਆ ਕੇ, ਜਦੋਂ ਕਿ ਇੱਥੋਂ ਦੇ ਲੋਕ ਸਾਡੇ ਇਸ ਪੰਜਾਬ ਦੇ ਲੋਕ ਇਹਨੂੰ ਇਸ ਚਿੱਤਰਕਾਰੀ ਦੇ ਵੱਲ ਰੁਚੀ ਰੱਖਦੇ ਨੇ ਜਾਂ ਪਸੰਦ ਕਰਦੇ ਨੇ, ਕਦੇ ਕੋਈ ਰੰਝ ਰਿਹਾ ਜੀ ਸਰਦਾਰ ਸਾਹਿਬ ਜ਼ਿੰਦਗੀ ਦੇ ਵਿੱਚ? ਨਹੀਂ, ਮੈਨੂੰ ਜੇ ਮੈਂ ਸੱਚੀ ਕਹਾਂ ਵੀ ਮੈਨੂੰ ਕੋਈ ਇਹਦੇ 'ਚ ਇਹ ਨਹੀਂ ਹੋਇਆ ਬਈ, ਕਈ ਲੋਕ ਕਹਿੰਦੇ ਕਦੇ ਵੀ ਪੰਜਾਬੀ ਚੰਗੇ ਭਲੇ ਸੀ ਬਈ ਇੱਥੇ ਕਿੱਥੇ ਆ ਕੇ ਫਸ ਗਏ, ਉਹੋ ਜਿਹਾ ਨਹੀਂ ਮੈਨੂੰ ਕਦੇ ਵੀ ਨਹੀਂ ਫੀਲ ਹੋਇਆ। ਇੱਥੇ ਵੀ ਓਨੇ ਵਧੀਆ ਮਾਹੌਲ, ਓਨੇ ਵਧੀਆ ਦੋਸਤ ਮਿੱਤਰ ਉਹ ਮਿਲੇ, ਔਰ ਸਰਕਾਰ ਵੱਲੋਂ ਲੋਕਾਂ ਵੱਲੋਂ ਓਨਾ ਹੀ ਪਿਆਰ ਮੁਹੱਬਤ ਮਿਲਿਆ। ਮੈਂ ਮਤਲਬ ਮੈਂ ਸਮਝਦਾ ਆਈ ਐਮ ਵੈਰੀ ਲੱਕੀ। ਇਹ ਜਿਹੜਾ ਸੋਸ਼ਲ ਮੀਡੀਆ 'ਤੇ ਜਾਂ ਲੋਕ ਰੌਲਾ ਪਾਉਂਦੇ ਰਹਿੰਦੇ ਨੇ ਜੀ, ਕਨੇਡਾ ਆਏ ਹੈ ਜੀ, ਕਨੇਡਾ ਦੇ ਵਿੱਚ ਆਹ ਸਟੂਡੈਂਟਾਂ ਦਾ ਜੀ ਐਂ ਹੈ ਜੀ, ਉੱਥੇ ਉਹ ਨਹੀਂ ਜੀ, ਬਾਹ ਨਹੀਂ, ਇਹ ਕੀ ਕਿਉਂ ਕਨੇਡਾ ਨੂੰ ਬਦਨਾਮ ਕਰਨ ਦੇ ਲੱਗੇ ਰਹਿੰਦੇ ਨੇ? ਕਨੇਡਾ ਇਹੋ ਜਿਹਾ ਹੈਗਾ ਬਾਕੀ, ਕੋਈ ਇਹੋ ਜਿਹੀ ਗੱਲ ਦੇਖੋ ਹੈਗੀ ਮੈਨੂੰ ਇੱਥੇ? ਤਾਂ ਮਤਲਬ ਇੰਨੇ 23-24 ਸਾਲ ਹੋ ਗਏ, ਮੈਨੂੰ ਤਾਂ ਕਦੇ ਵੀ ਕਿਸੇ ਕਿਸਮ ਦਾ ਵਿਤਕਰਾ ਕਹਿ ਲਈਏ ਜਾਂ ਰੇਸਿਜ਼ਮ ਉਹਦਾ ਸਾਹਮਣਾ ਨਹੀਂ ਕਰਨਾ ਪਿਆ। ਮਤਲਬ ਸ਼ਾਇਦ ਇਹਦਾ ਇਹ ਆ ਕਿ ਜਿਹੜੇ ਫੀਲਡ ਦੇ ਵਿੱਚ ਮੈਂ ਹੈਗਾ ਹਾਂ ਉਹਦੇ ਵਿੱਚ ਉਸ ਤਰ੍ਹਾਂ ਦੇ ਵਿਅਕਤੀ ਬਹੁਤ ਘੱਟ ਹੁੰਦੇ, ਕਿ ਉਹ ਹਾਈਲੀ ਐਜੂਕੇਟਡ ਆਰਟਿਸਟ ਜਾਂ ਰਾਈਟਰ ਜਿਹੜੇ ਉਹਨਾਂ ਦੇ ਨਾਲ ਵਾਹ ਪੈਂਦਾ ਰਿਹਾ। ਮੇਨ ਸਟ੍ਰੀਮ ਦੇ ਵਿੱਚ ਵੀ ਮੈਂ ਆਰਟ ਕੌਂਸਲ ਆਫ ਸਰੀ ਦਾ ਵੀ ਆਪਣਾ ਬੋਰਡ ਆਫ ਡਾਇਰੈਕਟਰ 'ਤੇ ਰਿਹਾ। ਅਤੇ ਆਰਟ ਕੌਂਸਲ ਆਫ ਸਰੀ, ਹਾਂਜੀ, ਕੈਨੇਡਾ ਗੌਰਮੈਂਟ ਦੀ, ਹਾਂਜੀ, ਬੋਰਡ ਆਫ ਡਾਇਰੈਕਟਰ। ਹਾਂਜੀ, ਅਤੇ ਮਤਲਬ ਮੈਨੂੰ ਤਾਂ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਮਤਲਬ ਮਹਿਸੂਸ ਹੋਇਆ। ਅਤੇ ਬਾਕੀ ਦੇਖੋ ਕੋਈ ਵੀ ਸਿਸਟਮ ਸੰਪੂਰਨ ਨਹੀਂ, ਪਰਫੈਕਟ ਨਹੀਂ ਹੁੰਦਾ, ਹਰ ਸਿਸਟਮ ਦੇ ਵਿੱਚ ਕੁਛ ਨਾ ਕੁਛ ਘਾਟਾਂ ਹੁੰਦੀਆਂ ਨੇ, ਅਤੇ ਉਹ ਹੁੰਦਾ ਕਿ ਅਸੀਂ ਉਹਨੂੰ ਸੁਧਾਰਨ ਦਾ ਯਤਨ ਕਰੀਏ। ਹੁਣ ਸਾਡੇ ਇੰਨੇ ਮਿਨਿਸਟਰ ਨੇ, ਇੰਨੇ MLA ਨੇ, ਉਹਨਾਂ 'ਤੇ ਜ਼ੋਰ ਪਾਈਏ ਪੰਜਾਬੀ ਪੰਜਾਬੀਆਂ ਨੂੰ ਵੀ ਤੁਸੀਂ ਇਸ ਮਸਲੇ 'ਤੇ ਕੰਮ ਕਰੋ, ਇਹਦੇ ਬਾਰੇ ਆਵਾਜ਼ ਉਠਾਓ। ਔਰ ਜਿੱਥੇ ਕਿਤੇ ਕੋਈ ਇਸ਼ੂ ਹੁੰਦਾ ਵੀ ਆ ਉਹਦੇ 'ਤੇ ਬਕਾਇਦਾ ਮਤਲਬ ਐਕਸ਼ਨ ਵੀ ਹੁੰਦਾ ਜੀ। ਪੰਜਾਬੀ ਕਿੰਨੇ ਕੁ ਆਪਣੇ ਇੱਥੇ MLA ਨੇ ਜੀ, ਕਿੰਨੇ ਕੁ ਸਿਆਸਤ ਦੇ ਵਿੱਚ ਪੰਜਾਬੀ ਕਾਫੀ ਸਰਗਰਮ ਰਹਿੰਦੇ ਆ, ਹੈ ਨਾ? ਹਾਂਜੀ, ਇੱਥੇ ਕਾਫੀ ਸਰਗਰਮ ਨੇ, ਮਤਲਬ ਹੁਣ ਮੈਨੂੰ ਐਗਜੈਕਟ ਗਿਣਤੀ ਤਾਂ ਯਾਦ ਨਹੀਂ ਹੈ ਵੀ ਮੈਂ ਕਹਾਂ, ਪਰ ਮਤਲਬ ਮਿਨਿਸਟਰ ਨੇ ਆਪਣੇ ਇੱਥੋਂ ਦੇ, ਸਾਡੇ ਜਿਹੜੇ ਅਸੈਂਬਲੀ ਦੇ ਸਪੀਕਰ ਆ ਉਹ ਆਪਣੇ ਨੇ, ਰਾਜ ਚੌਹਾਨ, ਔਰ ਇਹ ਮੈਂ ਸਮਝਦਾ ਵੀ ਉਸ ਅਸੈਂਬਲੀ ਦੇ ਬਾਹਰ ਜਿੱਥੇ ਕਿਤੇ ਕਿਸੇ ਟਾਈਮ 'ਤੇ ਸਾਡੇ ਲੋਕਾਂ ਨੂੰ ਖੜ੍ਹਨ ਦੀ ਵੀ ਇਜਾਜ਼ਤ ਨਹੀਂ ਸੀ ਹੁੰਦੀ, ਉਸ ਅਸੈਂਬਲੀ ਦੇ ਵਿੱਚ ਅੱਜ
ਤੁਹਾਡੀ ਕਮਿਊਨਿਟੀ ਦਾ ਸਪੀਕਰ ਹੋਵੇ, ਇਹ ਬੜੇ ਮਾਣ ਵਾਲੀ ਗੱਲ ਹੈ। ਅਤੇ ਮਿਨਿਸਟਰ ਤਾਂ ਹੈਗੇ ਹੀ ਨੇ ਜਿਸ ਤਰ੍ਹਾਂ ਕਈ। ਸਰਦਾਰ ਸਾਹਿਬ, ਪੰਜਾਬੀ ਵਿਦਿਆਰਥੀ ਉਹ ਪ੍ਰਵਾਸ ਸਾਡੇ ਪੰਜਾਬ ਦਾ ਸ਼ੁਰੂ ਤੋਂ ਹੀ ਮੁੜ ਤੋਂ ਹੀ ਹਿੱਸਾ ਰਿਹਾ, ਪ੍ਰਵਾਸ ਹੁੰਦਾ ਰਿਹਾ। ਪੰਜਾਬ ਦੀ ਖੁਸ਼ਬੂ ਹੁਣ ਕਈ ਪੱਖ ਨੇ, ਹਰੇਕ ਪੱਖ ਦੇ ਅਲੱਗ ਅਲੱਗ ਚੰਗਿਆਏ ਚੰਗੇ ਗੱਲ ਹੁੰਦੀ ਹੈ, ਮਾੜੀ ਗੱਲ ਵੀ ਹੁੰਦੀ ਹੈ। ਅਤੇ ਅਕਸਰ ਸਾਡੇ ਪੰਜਾਬ 'ਚ ਰੌਲਾ ਪਾਉਂਦੇ ਨੇ ਪੋਲੀਟੀਸ਼ੀਅਨ, ਹੋਰ ਕਹਿੰਦੇ ਨੇ ਜੀ ਪੰਜਾਬ ਖਾਲੀ ਹੋ ਗਿਆ, ਪੰਜਾਬ ਸਾਡਾ ਇੱਥੋਂ ਜਾ ਰਿਹਾ ਹੈ। ਨਸ਼ਿਆਂ ਦੀ ਜਿਹੜੀ ਬੁਰਾਈ ਹੈ ਉਹ ਪੂਰੇ ਵਰਲਡ ਵਾਈਡ ਹੀ ਆਪਾਂ ਨੂੰ ਦੇਖਣ ਨੂੰ ਮਿਲੀ, ਪੰਜਾਬ ਜ਼ਿਆਦਾ ਵੱਧ ਗਈ। ਇਹ ਇਹ ਜਿਹੜੀ ਖੁਸ਼ਬੂ ਆ, ਅਸਲ 'ਚ ਕਹਿੰਦੇ ਹੁੰਦੇ ਸੀ ਨਾ ਵੀ ਖੁਸ਼ਬੂ ਫੈਲਣੀ ਚਾਹੀਦੀ ਹੈ, ਪੰਜਾਬ ਦੀ ਖੁਸ਼ਬੂ ਇੱਥੇ ਆ ਰਹੀ ਹੈ, ਗੋਰਿਆਂ ਦੇ ਵਿੱਚ ਫੈਲ ਰਹੀ ਹੈ। ਅਤੇ ਇਹਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ, ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹੈ ਜਾਂ ਪੰਜਾਬ 'ਚੋਂ ਪ੍ਰਵਾਸ ਇੱਥੇ ਜਿਹੜਾ ਹੋ ਰਿਹਾ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹਦੇ ਦੇਖੋ ਇਸ ਤਰ੍ਹਾਂ ਹੁੰਦਾ, ਪ੍ਰਵਾਸ ਜਿੱਦਾਂ ਪਹਿਲਾਂ ਹੀ ਤੁਸੀਂ ਕਹਿ ਚੁੱਕੇ ਹੋ, ਪ੍ਰਵਾਸ ਪੰਜਾਬ ਦੇ ਮਤਲਬ ਪੰਜਾਬ ਦਾ ਸ਼ੁਰੂ ਤੋਂ ਹੀ ਅੰਗ ਰਿਹਾ। 1914-15 ਦੇ ਵਿੱਚ ਆਪਣੇ ਲੋਕ ਇੱਥੇ 7-8 ਦੇ ਵਿੱਚ ਇੱਥੇ ਆਏ, ਜਿਨ੍ਹਾਂ ਨੇ ਫਿਰ ਇੱਥੋਂ ਜਾ ਕੇ ਜਦੋਂ ਉਹਨਾਂ ਨੇ ਹਾਲਾਤ ਦੇਖੇ ਬਈ ਆਜ਼ਾਦੀ ਦੀ ਅਹਿਮੀਅਤ ਕੀ ਹੁੰਦੀ ਆ, ਬਈ ਅਸੀਂ ਤਾਂ ਅੰਗਰੇਜ਼ਾਂ ਦੇ ਗੁਲਾਮ ਹਾਂ ਜੀ, ਫਿਰ ਇੱਥੋਂ ਵਾਪਸ ਜਾ ਕੇ ਉੱਥੇ ਆਜ਼ਾਦੀ ਦੀ ਗਦਰ ਲਹਿਰ ਚੜਾਈ, ਜੰਗੇ ਆਜ਼ਾਦੀ 'ਚ ਜੇਲ੍ਹਾਂ ਗਏ, ਅਤੇ ਇਹ ਤਾਂ ਸ਼ੁਰੂ ਤੋਂ ਮੁੜ ਤੋਂ ਚੱਲਿਆ ਆ ਰਿਹਾ ਔਰ ਚੱਲਦੇ ਰਹਿਣਾ। ਬਾਕੀ ਇਹ ਹੈ ਬਈ ਹਰ ਖੇਤਰ 'ਚ ਥੋੜ੍ਹਾ ਬਹੁਤ ਹੁੰਦਾ ਹੀ ਹੈਗਾ, ਘਾਟਾਂ ਵੀ ਹੁੰਦੀਆਂ ਔਰ ਬੰਦੇ ਵੀ ਹਰ ਤਰ੍ਹਾਂ ਦੇ ਸੁਭਾਅ ਦੇ ਆਉਂਦੇ ਨੇ। ਤੋ ਉਹਦਾ ਇਹੀ ਹੈ ਵੀ ਉਹਨਾਂ ਨੂੰ ਐਜੂਕੇਟ ਕਰੀਏ, ਇੱਥੋਂ ਦੇ ਜਿਹੜੇ ਤੌਰ ਤਰੀਕੇ ਨੇ ਕੁਛ ਉਹਨਾਂ ਬਾਰੇ, ਜਿਸ ਤਰ੍ਹਾਂ ਓਰੀਐਂਟੇਸ਼ਨ ਹੁੰਦੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਹੁਣ ਕਈ ਵਾਰੀ ਦੇਖੀਦਾ ਬੱਚੇ ਬਿਲਕੁਲ ਜਿੱਦਾਂ ਹਾਈ ਸਕੂਲ ਦੇ ਵਿੱਚੋਂ ਹੀ ਨਿਕਲ ਕੇ ਆਉਂਦੇ ਨੇ ਅਤੇ ਉਹਨਾਂ ਨੂੰ ਇੱਥੋਂ ਦੇ ਜੀਵਨ ਦਾ ਰਹਿਣ ਸਹਿਣ ਦਾ ਉਹਦਾ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਕਿਹੜੀਆਂ ਚੀਜ਼ਾਂ ਨੂੰ ਇੱਥੇ ਚੰਗਾ ਨਹੀਂ ਸਮਝਿਆ ਜਾਂਦਾ, ਅਤੇ ਸੁਚੇਤ ਕਰਨ ਦੀ ਲੋੜ ਹੁੰਦੀ ਆ ਨਵੀਂ ਪੀੜ੍ਹੀ ਨੂੰ, ਬਜਾਏ ਕਿ ਭੰਡਣ ਦੇ, ਬਜਾਏ ਕਿ ਉਹਨਾਂ ਨੂੰ ਨਿੰਦਣ ਦੇ, ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ, ਉਹਨਾਂ ਬੱਚਿਆਂ ਨੂੰ ਜਿਹੜੇ ਇੱਥੇ ਆ ਰਹੇ ਨਹੀਂ ਕਰਨਾ, ਇਹਨੂੰ ਨਹੀਂ ਇਹਨਾਂ ਮੁਲਕਾਂ 'ਚ ਇਹਨਾਂ ਗੱਲਾਂ ਨੂੰ ਚੰਗਿਆਂ ਸਮਝਿਆ ਜਾਂਦਾ ਜੀ। ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਸਾਡੇ ਪੰਜਾਬੀ ਜਿਹੜੇ ਅਹਿਮ ਲੋਕ ਨੇ, ਸਿਆਸਤ ਦੇ ਵਿੱਚ ਵੀ ਨੇ ਜਾਂ ਬਿਜ਼ਨਸਮੈਨ ਵੀ ਆ, ਉਹਨਾਂ ਨੂੰ ਵੀ ਕੋਈ ਹੰਭਲੇ ਮਾਰਨ ਦੀ ਲੋੜ ਹੈ। ਹਾਂਜੀ ਹਾਂ ਬਿਲਕੁਲ, ਵੀ ਉਹ ਜਿਹੜੀ ਨਵੀਂ ਪੀੜ੍ਹੀ ਸਾਡੇ ਪੰਜਾਬ 'ਚੋਂ ਇੱਥੇ ਆ ਰਹੀ ਆ, ਪ੍ਰਵਾਸ ਕਰ ਰਹੀ ਹੈ, ਉਹਨਾਂ ਦੇ ਲਈ ਇੱਥੋਂ ਦੇ ਰਹਿਣ ਸਹਿਣ ਬਾਰੇ ਅਤੇ ਇੱਥੋਂ ਦੇ ਵਿਰਸੇ ਬਾਰੇ, ਇੱਥੋਂ ਦੇ ਕਦਰਾਂ ਕੀਮਤਾਂ, ਕਿਉਂਕਿ ਜਦੋਂ ਤੁਸੀਂ ਦੂਜੇ ਮਿਲਕ ਸਰਦਾਰ ਸਾਹਿਬ ਅਸੀਂ ਜਾਂਦੇ ਹਾਂ ਤਾਂ ਸਾਨੂੰ ਉੱਥੋਂ ਨੂੰ ਪਹਿਲਾਂ ਅਡੋਪਟ ਵੀ ਕਰਨਾ ਪੈਂਦਾ। ਬਿਲਕੁਲ, ਕਿਉਂਕਿ ਅਸੀਂ ਆਪਣਾ ਛੱਡ ਕੇ ਦੂਜੇ ਦੇ ਘਰ ਆਉਂਦੇ, ਜਦੋਂ ਆਪਾਂ ਕਹਿੰਦੇ ਹਾਂ ਵੀ ਆ ਤੁਹਾਡੀਆਂ ਤਸਵੀਰਾਂ ਦੇ ਵਿੱਚ ਵੀ ਮੈਨੂੰ ਗੱਲ ਮੇਰੇ ਮਨ 'ਚ ਫੁਰਨਾ ਫੁਰ ਜਾਂਦਾ, ਪੱਤਰਕਾਰ ਜਿਵੇਂ ਸੋਚਦਾ ਵੀ ਜਦੋਂ ਇੱਕ ਮੁਟਿਆਰ ਇੱਕ ਧੀ ਆਪਣਾ ਪੇਕੇ ਹੈ ਨਾ ਘਰ ਛੱਡ ਕੇ ਸਹੁਰੇ ਪਰਿਵਾਰ 'ਚ ਜਾਂਦੀ ਹੈ ਤਾਂ ਉੱਥੇ ਬਹੁਤ ਸਾਰਾ ਉਹਨੂੰ ਕੇਰਾਂ ਐਡਜਸਟ ਕਰਨ ਦੇ ਵਿੱਚ ਟਾਈਮ ਲੱਗਦਾ। ਇਵੇਂ ਜੇਕਰ ਸਾਡੇ ਵਿਦਿਆਰਥੀ ਤੁਸੀਂ ਅੱਗੇ ਤਾਂ ਤੁਸੀਂ ਥੋੜ੍ਹਾ ਜਿਹਾ ਐਕਸਪਲੇਨ ਕਰੋ। ਮੈਂ ਹਮੇਸ਼ਾ ਹੀ ਪ੍ਰਵਾਸ ਬਾਰੇ ਇਹ ਗੱਲ ਆਮ ਜਿਹੜੇ ਕਈ ਵਾਰੀ ਨਵੇਂ ਬੱਚੇ ਜਾਂ ਨਵੀਆਂ ਪਰਿਵਾਰ ਆਏ ਹੁੰਦੇ ਆ ਉਹ ਮਿਲਦੇ ਨੇ ਅਤੇ ਮੈਂ ਉਹਨਾਂ ਨੂੰ ਇਹ ਕਹਿੰਦਾ, ਮੈਂ ਕਿਹਾ ਵੀ ਪ੍ਰਵਾਸ ਇਸ ਤਰ੍ਹਾਂ ਹੀ ਆ ਵੀ ਜਿਵੇਂ ਆਪਾਂ ਬੱਚਾ ਵਿਆਹੁੰਦੇ ਹਾਂ ਨਾ, ਤਾਂ ਉਹਨੂੰ ਕਹਿੰਦੇ ਵੀ ਬੇਟਾ ਹੁਣ ਤੇਰਾ ਨਵਾਂ ਜੀਵਨ ਸ਼ੁਰੂ ਹੋਣ ਵਾਲਾ। ਬਿਲਕੁਲ, ਸੋ ਪ੍ਰਵਾਸ ਬਿਲਕੁਲ ਉਸ ਤਰ੍ਹਾਂ ਆ ਵੀ ਤੁਹਾਡਾ ਨਵਾਂ ਜੀਵਨ ਸ਼ੁਰੂ ਹੁੰਦਾ, ਇਹਦੇ ਵਿੱਚ ਤੁਸੀਂ ਜੋ ਪਿੱਛੇ ਹੁੰਦੇ ਹੋ ਉਹ ਸਭ ਕੁਛ ਨੂੰ
ਭੁੱਲ ਕੇ ਨਵੀਆਂ ਕਦਰਾਂ ਕੀਮਤਾਂ, ਨਵੇਂ ਰਸਮੋ ਰਿਵਾਜ, ਨਵਾਂ ਜੀਵਨ ਸ਼ੈਲੀ, ਨਵੀਂ ਸੋਚ ਅਪਣਾਉਣੀ ਪੈਂਦੀ ਆ, ਤਾਂ ਤੁਸੀਂ ਉਹਦੇ ਵਿੱਚ ਮਤਲਬ ਕਾਮਯਾਬ ਹੁੰਦੇ ਹੋ। ਜੇ ਤੁਸੀਂ ਉਹੀ ਪੁਰਾਣੀ ਸੋਚ ਲੈ ਕੇ ਨਵੇਂ ਜਗ੍ਹਾ 'ਤੇ ਜਾਓਗੇ, ਉਹ ਕਈ ਵਾਰੀ ਬਹੁਤਾ ਵਧੀਆ ਤਜਰਬਾ ਨਹੀਂ ਸਿੱਧ ਹੁੰਦਾ। ਬਿਲਕੁਲ ਜੀ, ਉਸ ਘਰ ਦੇ ਵਿੱਚ ਜਦੋਂ ਵੀ ਮਤਲਬ ਉਹੀ ਆਪਾਂ ਵੀ ਗੱਲ ਹੋ ਗਈ, ਜਦੋਂ ਆਪਾਂ ਨਵੇਂ ਘਰ ਕੁੜੀ ਜਾਂਦੀ ਆ ਅਤੇ ਆਪਾਂ ਨਵੇਂ ਘਰ ਨੂੰ ਅਡੋਪਟ ਕਰਦੇ ਹਾਂ, ਬਹੁਤ ਸਾਰੇ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਪੈਂਦਾ। ਇਹਦਾ ਫਿਰ ਵੀ ਇੱਕ ਮੁਲਕ ਹੈ, ਬਿਲਕੁਲ ਇੱਕ ਮੁਲਕ ਦੇ ਵਿੱਚੋਂ ਚੱਲ ਕੇ ਅਸੀਂ ਦੂਜੇ ਮੁਲਕ 'ਚ ਆਉਂਦੇ ਹਾਂ, ਤਾਂ ਸਾਨੂੰ ਇਸ ਮੁਲਕ ਦੀਆਂ ਵੀ ਕਦਰਾਂ ਕੀਮਤਾਂ ਨੂੰ, ਇਹਨਾਂ ਲੋਕਾਂ ਨੂੰ ਵੀ ਨਾਲ, ਇਹ ਨਾ ਲੱਗੇ ਕਿ ਅਸੀਂ ਉੱਪਰ ਆ ਕੇ ਇਹਨਾਂ ਦੇ ਉੱਤੇ ਹਾਵੀ ਹੋ ਗਏ, ਪਿਆਰ ਦੇ ਨਾਲ ਹੀ ਅਸੀਂ ਇਹਨਾਂ ਨਾਲ ਚੱਲ ਸਕਦੇ। ਅਤੇ ਦੂਸਰਾ ਮੇਰਾ ਆਖਰੀ ਸਵਾਲ ਹੈ ਜੀ ਤੁਹਾਨੂੰ ਜਾਂਦੇ ਜਾਂਦੇ, ਕਿ ਜਿਹੜੇ ਜਿਹੜੀਆਂ ਇੱਥੋਂ ਦੀਆਂ ਸੰਸਥਾਵਾਂ ਨੇ, ਗੁਰਦੁਆਰਾ ਸਾਹਿਬ ਨੇ, ਹੋਰ ਨੇ, ਜਿਹੜੇ ਸਟੂਡੈਂਟ ਇੱਥੇ ਆ ਰਹੇ ਨੇ, ਉਹਨਾਂ ਨੂੰ ਕਿੰਨਾ ਕੁ ਸਹਿਯੋਗ ਕਰਦੀਆਂ ਨੇ, ਕਮਿਊਨਿਟੀ ਸਾਡੀ ਕਿੰਨਾ ਕੁ ਸਹਿਯੋਗ ਕਰਦੀ? ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਬਹੁਤ ਸਹਿਯੋਗ ਕਰਦੀਆਂ ਨੇ ਗੁਰਦੁਆਰਾ ਸਾਹਿਬਾਨ ਅਤੇ ਦੂਜੀਆਂ ਸੰਸਥਾਵਾਂ ਵੀ, ਮਤਲਬ ਜਿੰਨਾ ਜਿੰਨਾ ਕਿਸੇ ਦੀ ਸਮਰੱਥਾ ਹੈ। ਮੈਂ ਗੁਰਦੁਆਰਾ ਸਾਹਿਬ ਦੇਖੀਦਾ ਵੀ ਬੱਚੇ ਆਉਂਦੇ ਨੇ, ਉੱਥੇ ਲੰਗਰ ਪਾਣੀ ਛਕਦੇ ਆ, ਸੇਵਾ ਵੀ ਕਰਦੇ ਨੇ, ਔਰ ਕਦੇ ਵੀ ਕਿਸੇ ਵੱਲੋਂ ਕੋਈ ਮਤਲਬ ਨਹੀਂ, ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ। ਔਰ ਬੱਚੇ ਵੀ ਜਿਹੜੇ, ਉਹ ਮੈਂ ਦੇਖਿਆ ਵੀ ਇੱਥੇ ਹੁਣ ਸਾਡੇ ਸਾਹਮਣੇ ਗੁਰਦੁਆਰਾ ਸਾਹਿਬ ਹੈਗਾ, ਅਤੇ ਬੱਚੇ ਜਿਹੜੇ ਤੁਹਾਨੂੰ ਉਹਨਾਂ ਦੇ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਵੀ ਬੱਚੇ ਸਟੂਡੈਂਟ ਆਏ ਨੇ, ਉਹ ਵੀ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਉਸੇ ਤਰ੍ਹਾਂ ਹੀ ਰਸਦ ਪਾਣੀ ਅਤੇ ਹੋਰ ਉਹਦੀ ਸੇਵਾ ਕਰਦੇ ਨੇ। ਬਾਕੀ ਮੈਂ ਇਹ ਨੋਟ ਕੀਤਾ, ਜਿਵੇਂ ਕਈ ਗੁਰਦੁਆਰਾ ਸਾਹਿਬਾਂ ਦੇ ਵਿੱਚ ਅਤੇ ਹੋਰ ਭਾਈਚਾਰੇ ਦੇ ਵਿੱਚ ਲੋਕਾਂ ਨੂੰ ਮਿਲਿਆ, ਤਾਂ ਲੋਕਾਂ ਦੇ ਵਿੱਚ ਇੱਕ ਸ਼ਰਧਾ ਭਾਵਨਾ ਅਤੇ ਆਪਦੇ ਆਪਣਿਆਂ ਲਈ ਆਉਣ ਦੇ ਲਈ ਮਤਲਬ ਕੰਟਰੀਬਿਊਸ਼ਨ ਕਰ ਰਹੇ। ਤੁਹਾਡਾ ਬਹੁਤ ਧੰਨਵਾਦ ਸਰਦਾਰ ਸਾਹਿਬ, ਸਮਾਂ ਕੱਢਿਆ, ਹੁਣ ਤਾਂ ਮਿਲਦੇ ਰਿਹਾ ਕਰਾਂਗੇ। ਅਸੀਂ ਪੰਜਾਬੀ ਲਾਈਨ ਸਟੂਡੀਓ ਇੱਥੇ ਵੈਨਕੂਵਰ ਦੇ ਵਿੱਚ ਸ਼ੁਰੂ ਕਰ ਲਿਆ, ਇੱਕ ਸਟੂਡੀਓ ਸਾਡਾ ਚੰਡੀਗੜ੍ਹ ਅਤੇ ਇੱਕ ਇੱਥੇ ਹੈ, ਹੁਣ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਿਹਾ ਕਰਾਂਗੇ। ਹਾਂਜੀ ਜੀ, ਆਇਆਂ ਨੂੰ ਮੋਸਟ ਵੈਲਕਮ ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਮਾਂ ਕੱਢਣ ਦੇ ਲਈ। ਅਤੇ ਇਹ ਸਨ ਸਰਦਾਰ ਜਰਨੈਲ ਸਿੰਘ ਜੀ, ਜਿਨ੍ਹਾਂ ਨੇ ਆਪਣੇ ਨਾਲ ਵਿਚਾਰ ਸਾਂਝੇ ਕੀਤੇ ਨੇ, ਇਹਨਾਂ ਦੀ ਜ਼ਿੰਦਗੀ ਦੇ ਪੱਖਾਂ ਬਾਰੇ ਅਸੀਂ ਗੱਲਬਾਤ ਕੀਤੀ ਆ। ਪੰਜਾਬੀ ਲਾਈਨਸ 'ਤੇ ਤੁਸੀਂ ਬਣੇ ਰਹੋ, ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।